ਪੋਲਣਾ ਇੱਕ ਬਿਮਾਰੀ ਹੈਗੀ ਹੈ ਬਿਮਾਰੀ ਦਾ ਮਤਲਬ ਹੈ ਕਿ ਫਿਜ਼ੀਕਲ ਬਿਮਾਰੀ ਡਾਕਟਰਾਂ ਵਾਲੀ ਬਿਮਾਰੀ ਨਹੀਂ ਹੈਗੀ ਅਸੀਂ ਬਹੁਤ ਅੱਛੀ ਸਿਹਤ ਬਹੁਤ ਸਾਰੀ ਦੌਲਤ ਔਰ ਆਪਣੀ ਚੁਆਇਸ ਦੀ ਜ਼ਿੰਦਗੀ ਜੀ ਸਕਦੇ ਹਾਂ ਜੇ ਇਹ ਕੁਝ ਸ਼ਬਦ ਆਪਣੀ ਜ਼ਿੰਦਗੀ ਤੋਂ ਆਪਣੀ ਡਿਕਸ਼ਨਰੀ ਤੋਂ ਕੱਢ ਦਈਏ ਕਿ ਮੈਨੂੰ ਤਾਂ ਕੁਝ ਚੇਤੇ ਨਹੀਂ ਰਹਿੰਦਾ ਮੇਰੀ ਤਾਂ ਸਿਹਤ ਹੀ ਖਰਾਬ ਰਹਿੰਦੀ ਹੈ ਪ੍ਰਮਾਤਮਾ ਨੇ ਮੈਨੂੰ ਸਰੀਰ ਚੰਗਾ ਨਹੀਂ ਦਿੱਤਾ ਮੈਂ ਕੋਈ ਵੀ ਕੰਮ ਕਰਾਂ ਕਦੀ ਸਿਰੇ ਚੜਦਾ ਹੀ ਨਹੀਂ ਤੁਸੀਂ ਇੰਨਾ ਹੀ ਕਹਿਣਾ ਸ਼ੁਰੂ ਕਰ ਦਿਓ ਕਿ ਮੈਂ ਜੋ ਯਾਦ ਕਰਾਂ ਮੈਨੂੰ ਯਾਦ ਹੋ ਜਾਂਦਾ ਇਹ ਜਿਹੜਾ ਤੁਹਾਡਾ ਸਬਕੌਂਸ਼ੀਅਸ ਮਾਈਂਡ ਹੈ ਜਿੱਦਨ ਇਹਨੂੰ ਵਿਸ਼ਵਾਸ ਦਵਾਤਾ ਕਿ ਹੁੰਦਾ ਉਹ ਇਸਨ ਦੁਨੀਆ ਦੇ ਕੋਈ ਤਾਕਤ ਨਹੀਂ ਰੋਕ ਸਕੇਗੀ ਤੁਹਾਡੀ ਮੈਮਰੀ ਆਟੋਮੈਟਿਕਲੀ ਇੰਨੀ ਸ਼ਾਰਪ ਹੋ ਜਾਏਗੀ ਕਿ ਪਹਿਲੀ ਵਾਰੀ ਪੜਿਆਂ ਤੁਹਾਨੂੰ ਯਾਦ ਹੋਣ ਲੱਗੇਗਾ ਮਨ ਜੀਤੇ ਜਗਜੀਤ ਚਾਰ ਸ਼ਬਦ ਜਿਹੜੇ ਨਾ ਮੇਰੀ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਮੇਰੀ ਜ਼ਿੰਦਗੀ ਨੂੰ ਬਦਲਿਆ ਤੁਸੀਂ ਤਾਲਾ ਲਾ ਰਹੇ ਹੋ ਤੋ ਸੈਕੰਡਲੀ ਤਾਲਾ ਲਾੰਦੇ ਉਹਦੇ ਵੱਲ ਦੇਖਣਾ ਜ਼ਰੂਰ ਹੈ ਤੁਹਾਡੇ ਵਾਈਫ ਤੁਹਾਨੂੰ ਪੁੱਛੇਗੀ ਰਸਤੇ ਤਾਲਾ ਲਾਇਆ ਸੀ ਜੀ ਯਸਲਾਤਾ ਸੀ ਸਾਡੇ ਦਿਮਾਗ ਦੇ ਵਿੱਚ ਡਾਟਾ ਨੂੰ ਸਟੋਰ ਕਰਨ ਦੀ ਕਾਪੀਅਤ ਸੁਪਰ ਕੰਪਿਊਟਰ ਨਾਲੋਂ ਜ਼ਿਆਦਾ ਹੈ ਵਿਵੇਕਾਨੰਦ ਜੀ ਦੀ ਮੈਮਰੀ ਇੰਨੀ ਸ਼ਾਰਪ ਸੀ ਕਿ ਇੱਕ ਦਿਨ 'ਚ ਤਿੰਨ ਕਿਤਾਬਾਂ ਪੜ੍ਹਦੇ ਸੀਗੇ ਉਹ ਲਾਇਬ੍ਰੇਰੀ ਤੋਂ ਕਹਿੰਦੇ ਤੁਸੀਂ ਪੁੱਛੋ ਕਿਹੜੇ ਪੇਜ ਤੇ ਕੀ ਲਿਖਿਆ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਚੀਜ਼ ਤੇ ਤੁਸੀਂ ਜ਼ਿਆਦਾ ਫੋਕਸ ਕਰਦੇ ਹੋ ਦੰਦ ਵਿੱਚ ਉਹਦੇ ਨਾਲ ਰਿਲੇਟਡ ਕੁਝ ਪੁਰਾਣਾ ਪਾਸਟ ਤੇ ਕੁਝ ਪ੍ਰੈਜ਼ੈਂਟ ਮਿਲ ਕੇ ਇੱਕ ਅਜੀਬ ਜਿਹੀ ਸਟੋਰੀ ਬਣਦੀ ਹੈ ਜਿਹਨੂੰ ਅਸੀਂ ਸੁਪਨਾ ਕਹਿ ਦਿੰਦੇ ਆ ਅਸੀਂ ਕਹਿੰਦੇ ਉਹਦੇ ਵਿੱਚ ਮੈਂ ਉਹ ਫਲਾਣਾ ਬੰਦਾ ਵੇਖਿਆ ਜਿਗਾ ਮੈਂ ਮਿੱਠਾ ਖਾਣਾ ਛੱਡਣਾ ਚਾਹੁੰਦਾ ਵਾ ਤੇ ਉਹਦੇ ਵਾਸਤੇ 21 ਦਿਨ ਫੋਰਸਫੁਲੀ ਉਹ ਕੰਮ ਕਰੋ ਕਿਉਂਕਿ 21 ਦਿਨ ਦੇ ਬਾਅਦ ਤੁਹਾਡੀ ਬੋਡੀ ਦੇ ਜਿਹੜੇ ਸੈੱਲ ਹਨ ਉਹਨਾਂ ਨੇ 90% ਚੇਂਜ ਹੋ ਜਾਂਦੇ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਸੁਵਿੰਦਰ ਸਿੰਘ ਜੇਕਰ ਤੁਹਾਨੂੰ ਵੀ ਭੁੱਲਣ ਦੀ ਆਦਤ ਹੈ ਤਾਂ ਅੱਜ ਦਾ ਇਹ ਇੰਟਰਵਿਊ ਤੁਹਾਡੇ ਵਾਸਤੇ ਲਾਹੇਮੰਦ ਹੋ ਸਕਦਾ ਹੈ ਇਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਤੁਸੀਂ ਕੁਝ ਜਿਹੇ ਫਾਰਮੂਲੇ ਸਿੱਖੋਗੇ ਜਿਸ ਦੀ ਮਦਦ ਦੇ ਨਾਲ ਤੁਸੀਂ ਨਾ ਸਿਰਫ ਆਪਣੀ ਯਾਦਦਾਸ਼ਤ ਵਧਾ ਸਕਦੇ ਹੋ ਬਲਕਿ ਤੁਹਾਡਾ ਦਿਮਾਗ ਵੀ ਕੰਪਿਊਟਰ ਵਾਂਗੂ ਤੇਜ਼ ਚੱਲਣ ਲੱਗ ਪਵੇਗਾ ਸਾਡੇ ਨਾਲ ਮਾਈਂਡ ਟਰੇਨਰ ਡਾਕਟਰ ਕੁਮਰ ਰਜੀਵ ਜੀ ਮੌਜੂਦ ਨੇ ਜਿਨ੍ਹਾਂ ਨੇ ਬਹੁਤ ਰਿਸਰਚ ਦਿਮਾਗ ਨੂੰ ਲੈ ਕੇ ਕੀਤੀ ਹੋਈ ਹੈ ਜਿਨ੍ਹਾਂ ਨੇ ਮਾਈਂਡ ਦੇ ਵਿੱਚ ਸੇਵਿੰਗ ਕਰਨ ਨੂੰ ਲੈ ਕੇ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੀ ਰਿਸਰਚ ਕੀਤੀ ਹੈ ਔਰ ਕਈ ਵੀ ਦਾਵਾ ਕਰਦੇ ਨੇ ਕਿ ਕੋਈ ਵੀ ਚੀਜ਼ ਤੁਸੀਂ ਆਪਣੇ ਦਿਮਾਗ ਦੇ ਵਿੱਚ ਪਾ ਵੀ ਸਕਦੇ ਹੋ ਤੇ ਜਦੋਂ ਚਾਏ ਆਪਣੇ ਦਿਮਾਗ ਦੇ ਵਿੱਚੋਂ ਕੱਢ ਵੀ ਸਕਦੇ ਹੋ ਤਾਂ ਡਾਕਟਰ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਨਗੇ ਔਰ ਤੁਹਾਨੂੰ ਅੱਜ ਭੁੱਲਣ ਦੀ ਆਦਤ ਤੋਂ ਨਿਜਾਤ ਵੀ ਦਿਵਾਉਣਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਧੰਨਵਾਦ ਨਮਸਕਾਰ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂੰ ਅੱਛਾ ਡਾਕਟਰ ਸਾਹਿਬ ਮੈਨੂੰ ਇੱਕ ਪਹਿਲਾ ਇੱਕ ਸਰਲ ਜਿਹਾ ਸਵਾਲ ਹੈ ਬਹੁਤ سارے ਲੋਕ ਕਹਿੰਦੇ ਆ ਤੇ ਬਿਮਾਰੀ ਹੈ ਮੈਨੂੰ ਭੁੱਲਣ ਦੀ ਇਹ ਵਾਕਈ ਭੁੱਲਣਾ ਬਿਮਾਰੀ ਹੈ ਕਿ ਆਦਤ ਹੈ ਇਹ ਭੁੱਲਣਾ ਇੱਕ ਬਿਮਾਰੀ ਹੈਗੀ ਹੈ ਬਿਮਾਰੀ ਦਾ ਮਤਲਬ ਹੈ ਕਿ ਫਿਜ਼ੀਕਲ ਬਿਮਾਰੀ ਡਾਕਟਰਾਂ ਵਾਲੀ ਬਿਮਾਰੀ ਨਹੀਂ ਹੈਗੀ ਜਦੋਂ ਅਸੀਂ ਇਹੋ ਜੇ ਸ਼ਬਦ ਬੋਲਦੇ ਆ ਕਿ ਮੈਨੂੰ ਤੇ ਕੁਝ ਯਾਦ ਨਹੀਂ ਰਹਿੰਦਾ ਮੈਨੂੰ ਤੇ ਕੁਝ ਚੇਤੇ ਨਹੀਂ ਰਹਿੰਦਾ ਇਹ ਜਿਹੜੀ ਬਿਮਾਰੀ ਆ ਨਾ ਜੇ ਸਿਰਫ ਇੰਨੀ ਹੀ ਬਿਮਾਰੀ ਖਤਮ ਕਰ ਲਈਏ ਤੇ ਸਿਰਫ ਮੈਮਰੀ ਨਹੀਂ ਅਸੀਂ ਬਹੁਤ ਅੱਛੀ ਸਿਹਤ ਬਹੁਤ ساری ਦੌਲਤ ਔਰ ਆਪਣੀ ਚੁਆਇਸ ਦੀ ਜ਼ਿੰਦਗੀ ਜੀ ਸਕਦੇ ਆ ਜੇ ਇਹ ਕੁਝ ਸ਼ਬਦ ਆਪਣੀ ਜ਼ਿੰਦਗੀ ਤੋਂ ਆਪਣੀ ਡਿਕਸ਼ਨਰੀ ਤੋਂ ਕੱਢ ਲਈਏ ਕਿ ਮੈਨੂੰ ਤਾਂ ਕੁਝ ਚੇਤੇ ਨਹੀਂ ਰਹਿੰਦਾ ਮੇਰੇ ਤਾਂ ਸਿਹਤ ਹੀ ਖਰਾਬ ਰਹਿੰਦੀ ਐ ਪ੍ਰਮਾਤਮਾ ਨੇ ਮੈਨੂੰ ਸ਼ਰੀਰ ਚੰਗਾ ਨਹੀਂ ਦਿੱਤਾ ਮੈਂ ਕੋਈ ਵੀ ਕੰਮ ਕਰਾਂ ਕਦੀ ਸਿਰੇ ਚੜਦਾ ਹੀ ਨਹੀਂ ਇਹ ਸਾਰੀਆਂ ਨੈਗੇਟਿਵ ਸੈਂਟੈਂਸਸ ਐ ਜਿਹੜੇ ਅਸੀਂ ਰੋਜ਼ ਨਿਤਮਰਰਹ ਦੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰਦੇ ਹਾਂ ਔਰ ਬੜੇ ਹੀ ਕੌਨਫੀਡੈਂਸ ਨਾਲ ਬੜੇ ਵਿਸ਼ਵਾਸ ਨਾਲ ਔਰ ਪੂਰੇ ਇਮੋਸ਼ਨਸ ਦੇ ਨਾਲੇ ਬੋਲਦੇ ਹਾਂ ਮੇਰੀ ਤਾਂ ਕੁਝ ਬੇ ਸਿਹਤ ਠੀਕ ਹੀ ਨਹੀਂ ਰਹਿੰਦੇ ਮੈਂ ਜੋ ਮਰਜ਼ੀ ਖਾ ਲਾ ਮੈਨੂੰ ਲੱਗਦਾ ਹੀ ਨਹੀਂ ਐਨੇ ਦਿਲੋਂ ਬੋਲਦੇ ਆਪਾਂ ਤੇ ਰੱਬ ਕਹਿੰਦਾ ਠੀਕ ਐ ਕਿਤਾ ਤੇਰੇ ਵਾਸਤੇ ਹੈ ਤਦਾਸਤ ਉਹ ਸ਼ਬਦ ਜਿਹੜੇ ਕੱਢਨੇ ਇਹ ਬਹੁਤ ਹੀ ਵੱਡੀ ਚੀਜ਼ ਹੈ ਛੋਟੀ ਚੀਜ਼ ਨਹੀਂ ਹੈ ਇਹ ਆਮ ਤੁਹਾਡੇ ਮਸ਼ਰੋਤਿਆਂ ਨੂੰ ਕਹਿਣਾ ਚਾਹੂੰਗਾ ਇਹਨੂੰ ਬਹੁਤ ਸੀਰੀਅਸਲੀ ਲਈਓ ਤੇ ਜੇ ਅੱਜ ਤੋਂ ਬਾਅਦ ਸਿਰਫ ਤੁਸੀਂ ਇੰਨਾ ਹੀ ਕਹਿਣਾ ਸ਼ੁਰੂ ਕਰ ਦਿਓ ਕਿ ਮੈਂ ਜੋ ਯਾਦ ਕਰਾਂ ਮੈਨੂੰ ਯਾਦ ਹੋ ਜਾਂਦਾ ਇੱਕ ਵਾਰੀ ਯਾਦ ਕਰਾਂ ਮੈਨੂੰ ਪੜ੍ਹਦੇ ਆ ਯਾਦ ਹੁੰਦਾ ਹੁੰਦਾ ਨਹੀਂ ਹੁੰਦਾ ਪਰ ਜੇ ਤੁਸੀਂ ਇਹ ਕਰਦੇ ਗਏ ਕਰਦੇ ਗਏ ਕਰਦੇ ਗਏ ਇਹ ਜਿਹੜਾ ਤੁਹਾਡਾ ਸਬਕੌਨਸ਼ੀਅਸ ਮਾਈਂਡ ਹੈ ਜਿੱਦਨ ਇਹਨੂੰ ਵਿਸ਼ਵਾਸ ਦਵਾਤਾ ਕਿ ਹੁੰਦਾ ਉਸ ਦਿਨ ਦੁਨੀਆ ਦੇ ਕੋਈ ਤਾਕਤ ਨਹੀਂ ਰੋਕ ਸਕਿਆਗੀ ਤੁਹਾਡੀ ਮੈਮਰੀ ਆਟੋਮੈਟਿਕਲੀ ਇੰਨੀ ਸ਼ਾਰਪ ਹੋ ਜਾਏਗੀ ਕਿ ਪਹਿਲੀ ਵਾਰੀ ਪੜਿਆ ਤੁਹਾਨੂੰ ਯਾਦ ਹੋਣ ਲੱਗ ਜਾਏਗਾ ਬਟ ਇਹ ਇੰਨਾ ਸੌਖਾ ਨਹੀਂ ਹੈ ਕਿਉਂਕਿ ਲੋਕਾਂ ਦਾ ਵਿਸ਼ਵਾਸ ਨਹੀਂ ਬੰਨਦਾ ਕਿ ਇਹ ਪ੍ਰੋਫੈਸਰ ਕਿਹੜੀ ਗੱਲ ਕਰੀ ਜਾਂਦੇ ਇਸ ਤਰ੍ਹਾਂ ਨਹੀਂ ਹੁੰਦਾ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਸੁਖਿੰਦਰ ਜੀ ਜਦੋਂ ਮੈਂ ਕਿਤੇ ਬੋਲਦਾ ਜਿਹੜੀ ਚੀਜ਼ ਮੈਂ ਖੁਦ ਪ੍ਰੈਕਟਿਸ ਪ੍ਰੈਕਟਿਸ ਕੀਤੀ ਹੈ ਨਾ ਜਿਹਦੇ ਰਿਜ਼ਲਟ ਮਿਲੇ ਸਿਰਫ ਉਹ ਗੱਲ ਕਰਦਾ ਕਿਤਾਬਾਂ ਤਾਂ ਮੈਂ 100 ਪੜੀਆਂ ਪਰ 100 ਚੋਂ ਜਿਹੜੀਆਂ ਚੀਜ਼ਾਂ ਮੈਂ ਇਸਤੇਮਾਲ ਨਹੀਂ ਕੀਤੀਆਂ ਜਿਹੜੀਆਂ ਆਪਣੀ ਜ਼ਿੰਦਗੀ 'ਚ ਅਪਲਾਈ ਨਹੀਂ ਕੀਤੀਆਂ ਉਹਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਉਹ ਤੇ ਥਿਓਰੀਟੀਕਲ ਗੱਲਾਂ ਹੋ ਗਈਆਂ ਮੈਂ ਇਹਨਾਂ ਚੀਜ਼ਾਂ ਨੂੰ ਅਪਲਾਈ ਕੀਤਾ ਤੇ ਅਪਲਾਈ ਕਰਕੇ ਮੈਨੂੰ ਪਤਾ ਲੱਗਿਆ ਕਿ ਵੀ ਇਹ ਤਾਂ ਬਹੁਤ ਪਾਵਰਫੁਲ ਫਾਰਮੂਲਾ ਹੈਗਾ ਅਸੀਂ ਸਾਰੇ ਬਹੁਤ ਵਧੀਆ ਜ਼ਿੰਦਗੀ ਜੀਣ ਲਈ ਬਣੇ ਆ ਤੇ ਐਵਰੇਜ ਜ਼ਿੰਦਗੀ ਕਿਉਂ ਜੀ ਰਹੇ ਆ ਕਿਉਂਕਿ ਸਾਨੂੰ ਕੁਝ ਗੱਲਾਂ ਦਾ ਦੱਸਿਆ ਹੀ ਨਹੀਂ ਗਿਆ ਕਦੀ ਕਿ ਵੀ ਸਾਨੂੰ ਇਹ ਸ਼ਬਦ ਇਸਤੇਮਾਲ ਨਹੀਂ ਕਰਨੇ ਚਾਹੀਦੇ ਇੱਕ ਗੱਲ ਦੱਸੀ ਤੁਹਾਨੂੰ ਮੈਂ ਕਿ ਸ਼ਬਦਾਂ ਦੇ ਇਸਤੇਮਾਲ ਦੇ ਉੱਤੇ ਚੈੱਕ ਲਾਣਾ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਭੁੱਲਣਾ ਹਰ ਬੰਦਾ ਕਹਿੰਦਾ ਵੀ ਮੈਂ ਚਾਬੀ ਰੱਖ ਕੇ ਭੁੱਲ ਗਿਆ ਕੋਈ ਕਹਿੰਦਾ ਵੀ ਮੈਂ ਆ ਫਲਾਨਾ ਕੋਈ ਪੇਪਰ ਲੈ ਕੇ ਆਇਆ ਸੀ ਮੈਂ ਕਿੱਥੇ ਰੱਖਤਾ ਵਿਦਿਨ 5 10 15 ਮਿੰਟਾਂ ਦੇ ਵਿੱਚ ਹੀ ਆਪਾਂ ਚੀਜ਼ ਭੁੱਲ ਜਾਂਦੇ ਰੱਖ ਕੇ ਉਸੀ ਤੋਂ ਲੋਕੀ ਕਿ ਕਿਵੇਂ ਬਚਣ ਉਹ ਕਿਵੇਂ ਮਾਈਂਡ ਦੇ ਵਿੱਚ ਚੀਜ਼ ਫਿੱਟ ਰਵੇ ਵੀ ਹਾਂ ਮੈਂ ਜਿਹੜੀ ਚੀਜ਼ ਜਿੱਥੇ ਰੱਖੀ ਉਹ ਤੋਂ ਮੈਨੂੰ ਮਿਲ ਜੂਗੀ ਉਹ ਬੜਾ ਸੌਖਾ ਤਰੀਕਾ ਹੈ ਉਹਦੇ ਵਾਸਤੇ ਵੀ ਇੱਕ ਆਦਤ ਹੀ ਬਦਲਣੀ ਪੈਣੀ ਹੈ ਸਾਡੀ ਆਦਤ ਹੈਗੀ ਹੈ ਕਿ ਅਸੀਂ ਸੋਚਦੇ ਕਿਸੇ ਹੋਰ ਪਾਸੇ ਹੁੰਨੇ ਦਿਮਾਗ ਸਾਡਾ ਜਿਹੜਾ ਨਾ ਇਹਨੂੰ ਮੰਕੀ ਮਾਈਂਡ ਕਿਹਾ ਜਾਂਦਾ ਇਹ ਬੰਦਰ ਜਿਹਦਾ ਕਦੀ ਪੇੜ ਤੇ ਬੈਠੇ ਬੰਦਰ ਨੂੰ ਦੇਖੋ ਨਾ ਉਹ ਬਿਨਾਂ ਮਤਲਬ ਤੋਂ ਕਦੀ ਇੱਧਰ ਕਦੀ ਇੱਧਰ ਤੁਹਾਨੂੰ ਸਮਝ ਨਹੀਂ ਲੱਗੇ ਵੀ ਇੱਧਰ ਕਿਉਂ ਗਿਆ ਸੀ ਤੇ ਇੱਧਰ ਕਿਉਂ ਆ ਗਿਆ ਤੇ ਇੱਧਰ ਕਿਉਂ ਚਲਾ ਗਿਆ ਸਾਡਾ ਮਨ ਵੀ ਇਸ ਤਰ੍ਹਾਂ ਹੀ ਆ ਤੇ ਮੰਕੀ ਮਾਈਂਡ ਐਸੇ ਕਰਕੇ ਕਹਿੰਦੇ ਇਹਦੇ ਵਿੱਚ ਇੱਕ ਦਿਨ ਦੇ ਵਿੱਚ ਕਰੀਬ 70000 ਤੋਂ 90000 ਵਿਚਾਰ ਚੱਲਦੇ ਆ ਤੇ ਇੱਕ ਦਿਨ ਦੇ ਵਿੱਚ ਸੈਕਿੰਡ ਕਿੰਨੇ ਹੁੰਦੇ 86400 ਕਹਿਣ ਦਾ ਮਤਲਬ ਹੋਇਆ ਕਿ ਇੱਕ ਸੈਕਿੰਡ 'ਚ ਇੱਕ ਵਿਚਾਰ ਆਉਂਦਾ ਤੇ ਉਹ ਇੱਕ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ ਦੌੜਿਆ ਫਿਰਦਾ ਵੈ ਇਹਨੂੰ ਹੀ ਕਾਬੂ ਕਰਨਾ ਮਨ ਜੀਤੇ ਜਗ ਜੀਤ ਚਾਰ ਸ਼ਬਦ ਜਿਹੜੇ ਨਾ ਮੇਰੀ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਮੇਰੀ ਜ਼ਿੰਦਗੀ ਨੂੰ ਬਦਲਿਆ ਕਿ ਮਨ ਜੀਤੇ ਜਗ ਜੀਤ ਕੇ ਮਨ ਨੂੰ ਜਿੱਤਣਾ ਮਨ ਉਹਦੀ ਤਰ੍ਹਾਂ ਬੰਦਰ ਦੀ ਤਰ੍ਹਾਂ ਇਹਨੂੰ ਜਿਤਨਾ ਇਹਨੂੰ ਆਪਣੇ ਕਾਬੂ ਚ ਕਰਨਾ ਇਹਦੇ ਵਿੱਚ ਸਿਰਫ ਉਹ ਵਿਚਾਰ ਚਲਾਉਣੇ ਜਿਹੜੇ ਮੈਂ ਚਾਹਨਾ ਵਾ ਹਰ ਕੋਈ ਇਹ ਵੀ ਹੈਰਾ ਘੇਰਾ ਵਿਚਾਰ ਨਹੀਂ ਚੱਲਣ ਦੇਣਾ ਇਹਨੂੰ ਕਹਿੰਦੇ ਮਨ ਨੂੰ ਕਾਬੂ ਕਰਨਾ ਮਨ ਦੇ ਵਿਚਾਰਾਂ ਨੂੰ ਕਾਬੂ ਕਰਨਾ ਔਰ ਉਹੀ ਰੀਲ ਚਲਣੀ ਜਿਹੜੀ ਮੈਂ ਚਾਹਨਾ ਵਾ ਸੋ ਇਹ ਜੀ ਚੀਜ਼ਾਂ ਨੂੰ ਅਸੀਂ ਸਮਝੀਏ ਤੇ ਜੇ ਆਪਣੇ ਮਨ ਨੂੰ ਕਾਬੂ ਕਰੀਏ ਤੇ ਅਸੀਂ ਆਪਣੀ ਮੈਮਰੀ ਨੂੰ ਬਹੁਤ ਜ਼ਿਆਦਾ ਸ਼ਾਰਪ ਕਰ ਸਕਦੇ ਆ ਜਿਸ ਤਰ੍ਹਾਂ ਤੁਸੀਂ ਕਿਹਾ ਭੁੱਲਣ ਦੀ ਬਿਮਾਰੀ ਜਦੋਂ ਅਸੀਂ ਭੁੱਲਣ ਦੀ ਬਿਮਾਰੀ ਦੀ ਗੱਲ ਕਰਦੇ ਆ ਤਾਂ ਸਾਡਾ ਦਿਮਾਗ ਦੇ ਵਿੱਚ ਸੋਚ ਕੁਝ ਹੋਰ ਚੱਲ ਰਹੀ ਹੈ ਇੱਥੇ ਮੈਂ ਘਰ ਨੂੰ ਤਾਲਾ ਲਾ ਰਿਹਾ ਹੈ ਨਾ ਮੇਰੇ ਹੱਥ ਤਾਲਾ ਲਾ ਰਿਹਾ ਤੇ ਸੋਚ ਕਿਤੇ ਹੋਰ ਚੱਲੀ ਹੋਈ ਹੈ ਬਿਲਕੁਲ ਸਾਡਾ ਦਿਮਾਗ ਤਿੰਨ ਸਟੈਪਸ ਦੇ ਵਿੱਚ ਯਾਦ ਰੱਖਦਾ ਪਹਿਲਾ ਹੁੰਦਾ ਰਜਿਸਟਰ ਰਜਿਸਟਰ ਦਾ ਮਤਲਬ ਕਿ ਅਸੀਂ ਕਿਸੇ ਗਏ ਸਟੂਡੀਓ ਚ ਗਏ ਤਾਂ ਕਹਿੰਦੇ ਜੀ ਰਜਿਸਟਰ ਲੱਗਾ ਤੇ ਆਪਣਾ ਨਾਮ ਦਰਜ ਕਰ ਦਿਓ that means ਉਹ ਇਵੈਂਟ ਦਰਜ ਹੋਣਾ ਜ਼ਰੂਰੀ ਹੈ ਦੂਸਰੇ ਨੰਬਰ ਤੇ ਆਉਂਦਾ ਫਿਰ ਰਿਵਿਊ ਉਹਨੂੰ ਰਿਵਾਈਜ਼ ਕਰਨਾ ਰਿਕਾਲ ਕਰਨਾ ਤੇ ਤੀਸਰੇ ਰਿਵਾਈਜ਼ ਕਰਕੇ ਤੀਸਰੇ ਨੰਬਰ ਤੇ ਆਉਂਦਾ ਰਿਕਾਲ ਯਾਦ ਕਰਨਾ ਹੁਣ ਜਦੋਂ ਅਸੀਂ ਤਾਲਾ ਲਗਾ ਰਹੇ ਸੀਗੇ ਜਦੋਂ ਅਸੀਂ ਗੈਸ ਆਫ ਕਰ ਰਹੇ ਸੀਗੇ ਜਦੋਂ ਅਸੀਂ ਆਪਣਾ ਪੈਨ ਰੱਖ ਰਹੇ ਸੀਗੇ ਧਿਆਨ ਸਾਡਾ ਹੋਰ ਸੀਗਾ ਕਿਤੇ ਜਦੋਂ ਧਿਆਨ ਕਿਤੇ ਹੋਰ ਸੀਗਾ ਤੇ ਉਹ ਇਵੈਂਟ ਦਰਜ ਹੀ ਨਹੀਂ ਹੋਇਆ ਰਜਿਸਟਰ ਹੀ ਨਹੀਂ ਹੋਇਆ ਜੇ ਰਜਿਸਟਰ ਨਹੀਂ ਹੋਇਆ ਤੇ ਰਿਵਿਊ ਦਾ ਤੇ ਰਿਵਾਈਜ਼ ਕਰਨ ਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਜਦੋਂ ਅਸੀਂ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਇਵੈਂਟ ਇੱਥੇ ਦਰਜ ਹੀ ਨਹੀਂ ਹੋਇਆ ਤਾਂ ਯਾਦ ਕਿੱਥੋਂ ਆਏਗਾ ਫਿਰ ਅਸੀਂ ਕਹੀਦਾ ਕਿ ਮੈਂ ਤਾਲਾ ਲਾਇਆ ਸੀ ਕਿ ਨਹੀਂ ਲਾਇਆ ਸੀ 20 ਕਿਲੋਮੀਟਰ ਦੂਰ ਜਾ ਕੇ ਯਾਦ ਆਂਦਾ ਹਨਾ ਸੋ ਜੇ ਅਸੀਂ ਆਪਣੀ ਆਦਤ ਬਦਲ ਲਈ ਹੈ ਕੀ ਆਦਤ ਬਦਲਨੀ ਹੈ ਕਿ ਜਦੋਂ ਵੀ ਅਸੀਂ ਕੋਈ ਕੰਮ ਕਰੀਏ ਕੰਮ ਇਹੋ ਜਿਹੀ ਹੁੰਦੇ ਛੋਟੇ ਛੋਟੇ ਜ ਤੁਸੀਂ ਤਾਲਾ ਲਾ ਰਹੇ ਹੋ 2 ਸੈਕਿੰਡ ਲਈ ਤਾਲਾ ਲਾਉਂਦੇ ਹੋ ਉਹਦੇ ਵੱਲ ਦੇਖਣਾ ਜ਼ਰੂਰ ਹੈ 2 ਸੈਕਿੰਡ ਇਸ ਤਰ੍ਹਾਂ ਦੇਖਣਾ ਤੁਸੀਂ ਉਹਦੇ ਵੱਲ ਤਾਲਾ ਲੱਗ ਗਿਆ ਸੋਚ ਨਹੀਂ ਕੋਈ ਹੋਰ ਹੋਣੀ ਚਾਹੀਦੀ ਜਦੋਂ ਤੁਸੀਂ 2 ਸੈਕਿੰਡ ਵੱਲ ਉਧਰ ਦੇਖਦੇ ਹੋ ਨਾ ਉਹ ਰਜਿਸਟਰ ਹੋ ਜਾਂਦਾ ਦਰਜ ਹੋ ਜਾਂਦਾ ਤੁਹਾਡੇ ਤਾੜੇ ਦਵਾਰ ਹੁਣ 100% ਤੁਹਾਡੀ ਵਾਈਫ ਤੁਹਾਨੂੰ ਪੁੱਛੇਗੀ ਰਸਤੇ ਤਾਲਾ ਲਾਇਆ ਸੀ ਤੁਸੀਂ ਯੈਸ ਲਾਤਾ ਸੀ ਨਹੀਂ ਤਾਂ ਆਦਰਵਾਈਜ਼ ਤਾਲਾ ਤੂੰ ਲਾਣਾ ਸੀ ਤਾਲਾ ਮੈਂ ਲਾਣਾ ਸੀ ਲੜਾਈਆਂ ਦਾ ਕਾਰਨ ਇਹਨਾਂ ਤੋਂ ਜੇ ਅਸੀਂ ਕੋਈ ਵੀ ਇਹੋ ਜਿਹਾ ਕੰਮ ਕਰਨ ਲੱਗਿਆ ਦੋ ਸੈਕਿੰਡ ਟੈਕਨੀਕ ਦਾ ਨਾਮ ਦਿੱਤਾ ਮੈਂ ਨੂੰ ਕਿ ਜੇ ਇਹ ਇਹ ਆਪਣੀ ਆਦਤ ਬਦਲ ਨਹੀਂ ਪਾਏਗੇ ਕੁਝ ਵੀ ਕਰ ਬਹੁਤ ਸਾਰੇ ਲੋਕਾਂ ਨੇ ਇਹ ਆਦਤ ਬਦਲੀ ਔਰ ਮੈਨੂੰ ਮੈਸੇਜ ਵੀ ਆਉਂਦੇ ਆ ਦੱਸਦੇ ਵੀ ਆ ਕਿ ਸਰ ਮੈਂ ਤੁਹਾਡੇ ਫਲਾਣੀ ਜਗ੍ਹਾ ਤੋਂ ਸੁਣਿਆ ਸੀਗਾ ਤੇ ਮੈਂ ਇਹ ਚੀਜ਼ ਅਪਲਾਈ ਕੀਤੀ ਆ ਤੇ ਮੈਂ ਤੇ ਕਹਿੰਦਾ ਕਿ ਭੁੱਲਣਾ ਭੁੱਲ ਜਾਓਗੇ ਜੇ ਤੁਸੀਂ ਆਪਣੀ ਇੱਕ ਸਿਰਫ ਛੋਟੀ ਜੀ ਆਦਤ ਬਦਲ ਲਓ ਦੋ ਸੈਕਿੰਡ ਟੈਕਨੀਕ ਬਸ ਇਸ ਟੈਕਨੀਕ ਨਾਲ ਦਿਮਾਗ ਇੱਕ ਇੱਕ ਹਿਊਮਨ ਦਾ ਕਿੰਨਾ ਮਾਈਂਡ ਅੱਜ ਨਾਰਮਲ ਆਪਾਂ ਦੇਖਦੇ ਹਾਂ ਕਿੰਨਾ ਕੰਮ ਕਰ ਰਿਹਾ ਹੁੰਦਾ ਤੇ ਕੀ ਆਪਾਂ ਆਪਣੇ ਦਿਮਾਗ ਦੀ ਸ਼ਕਤੀ ਨੂੰ ਵਧਾ ਸਕਦੇ ਹਾਂ ਦਿਮਾਗ ਦੀ ਸ਼ਕਤੀ ਸੁਖਵਿੰਦਰ ਜੀ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਉਹਨਾ ਸਾਡਾ ਪੱਖਾ ਚੱਲਦਾ ਪੱਖੇ ਨੂੰ ਅਸੀਂ ਇੱਕ ਨੰਬਰ ਦੇ ਵਿੱਚ ਲਾ ਸਕਦੇ ਹਾਂ ਤੇ ਪੰਜ ਨੰਬਰ ਦੇ ਵਿੱਚ ਲਾ ਸਕਦੇ ਹਾਂ ਨਾ ਪੰਜ ਨੰਬਰ ਤੇ ਫਰਟੇ ਨਾਲ ਚੱਲਦਾ ਇੱਕ ਨੰਬਰ ਤੇ ਸਲੋ ਚੱਲਦਾ ਪੱਖੇ ਦੀ ਕੈਪੈਸਿਟੀ ਤੇ ਹੈਗੀ ਆ ਨਾ ਪੱਖੇ ਦੀ ਕੈਪੈਸਿਟੀ ਹੈਗੀ ਆ ਅਸੀਂ ਇਸਤੇਮਾਲ ਘੱਟ ਕਰ ਰਹੇ ਸੀਗੇ ਉਹੀ ਚੀਜ਼ ਆ ਕਿ ਸਾਡੇ ਸਾਰਿਆਂ ਦੇ ਦਿਮਾਗ ਦੀ ਜਿਹੜੀ ਕਾਬਲੀਅਤ ਆ ਨਾ ਉਹ ਬਰਾਬਰ ਹੈ ਜਿਹੜੇ ਵੀ ਪੈਦਾ ਹੋਇਆ ਨਾ ਜੇ ਮਤਲਬ ਟੱਚ ਵੁੱਡ ਹੈਲਦੀ ਬੰਦਾ ਜਿਹੜਾ ਉਹਦੇ ਵਿੱਚ ਇਹ ਕਾਬਲੀਅਤ ਬਰਾਬਰ ਹੈਗੀ ਆ ਯਾਦ ਰੱਖਣ ਦੀ ਕਲਾ ਜੇ ਅਸੀਂ ਕਹੀਏ ਤੇ ਉਹ ਕਾਬਲੀਅਤ ਉਹ ਵੀ ਬਰਾਬਰ ਹੈ ਕਿੰਨੀ ਹੈਗੀ ਆ ਇਹਨੂੰ ਅਸੀਂ ਕਹਿੰਦੇ ਆ ਜੇ ਇੱਕ ਸੁਪਰ ਕੰਪਿਊਟਰ ਨਾਲ ਕੰਪੇਅਰ ਕਰੀਏ ਦੁਨੀਆ ਦਾ ਸਭ ਤੋਂ ਬਿਹਤਰੀਨ ਤੇ ਉਹਦੇ ਨਾਲੋਂ ਘੱਟੋ-ਘੱਟ 50000 ਗੁਣਾ ਜ਼ਿਆਦਾ ਹੈਗੀ ਆ ਇਟ ਨੀਡਡ ਇ ਡਿਮਾਗ ਦੀ ਇਨਸਾਨੀ ਦਿਮਾਗ ਦੇ ਵਿੱਚ ਡਾਟਾ ਸਟੋਰ ਕਰਨ ਦੀ ਕਾਬਲੀਅਤ ਜਿਸ ਤਰ੍ਹਾਂ ਤੁਹਾਡੇ ਕੈਮਰੇ ਦੇ ਵਿੱਚ ਵੀਡੀਓ ਸਟੋਰ ਕਰਨ ਦੀ ਕਾਬਲੀਅਤ ਆ ਉਸ ਤਰ੍ਹਾਂ ਸਾਡੇ ਦਿਮਾਗ ਦੇ ਵਿੱਚ ਡਾਟਾ ਨੂੰ ਸਟੋਰ ਕਰਨ ਦੀ ਕਾਬਲੀਅਤ ਸੁਪਰ ਕੰਪਿਊਟਰ ਨਾਲੋਂ ਜ਼ਿਆਦਾ ਹੈ ਸੁਪਰ ਕੰਪਿਊਟਰ ਦੀ ਕਾਬਲੀਅਤ ਜਿਹੜੀ ਆ ਉਹ 2 ਪੀਟਾਬਾਈਟਸ ਤੱਕ ਹੁੰਦੀ ਆ ਸਾਡੀ ਐਕਸਾਬਿਟਸ ਤੱਕ ਹੈਗੀ ਆ ਐਕਸਾ ਹੁੰਦਾ 10 ਦੀ ਪਾਵਰ 18 ਤੇ ਪੀਟਾ ਹੁੰਦਾ 10 ਦੀ ਪਾਵਰ 15 ਹਜ਼ਾਰ ਗੁਣਾ ਦਾ ਫਰਕ ਹੁੰਦਾ ਤੇ ਐਗਜ਼ੈਕਟਲੀ ਜਿਹੜਾ ਦੇਖਿਆ ਜਾਵੇ ਉਹ 50 ਔਰ ਇਹਨੂੰ ਜੇ ਆਸਾਨ ਲਫ਼ਜ਼ਾਂ ਚ ਅਸੀਂ ਸਮਝੀਏ ਤੇ ਕੋਈ ਵੀ ਇਨਸਾਨ 12 ਡਿਫਰੈਂਟ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਦੀ ਇਹਦੀ ਕਾਬਲੀਅਤ ਹੈਗੀ ਹੈ ਇਹ ਤਿੰਨ ਦਰਜਨ ਕੋਈ ਵੀ ਲੈਂਗੁਏਜਸ ਦੁਨੀਆ ਦੀਆਂ ਇਹ ਸਿੱਖਣ ਦੀ ਕਾਬਲੀਅਤ ਰੱਖਦਾ ਹੋਇਆ ਔਰ ਜੇ ਅਸੀਂ ਇਹਨੂੰ ਇੱਕ ਹਾਰਡ ਡਰਾਈਵ ਮੰਨ ਲਈਏ ਤੇ ਇਹਦੇ ਵਿੱਚ ਇੱਕ HD ਕੁਆਲਿਟੀ ਵੀਡੀਓ ਜਿਹੜਾ ਕਈ GB ਡਾਟਾ ਲੈਂਦਾ ਹੋਇਆ ਉਹ ਸਟੋਰ ਕਰੀਏ ਤੇ ਇਹ ਪਤਾ ਕਿੰਨੇ ਸਾਲ ਚੱਲੇਗਾ ਵੀਡੀਓ 300 ਸਾਲ ਉਹ ਵੀਡੀਓ ਚੱਲ ਸਕਦਾ ਵੈ ਇੰਨੀ ਜ਼ਿਆਦਾ ਇਸ ਦੇ ਵਿੱਚ ਕਾਬਲੀਅਤ ਹੈਗੀ ਹੈ ਇਸ ਸਿੰਪਲ ਲਫ਼ਜ਼ਾਂ ਦੇ ਵਿੱਚ ਮੈਂ ਦੱਸ ਰਿਹਾ ਹਾਂ ਹੁਣ ਇਹਦੀ ਇੱਕ ਸ਼ਮਤਾ ਨੂੰ ਵਧਾ ਸਕਦੇ ਆ ਕਿ ਨਹੀਂ ਹੁਣ ਉਹੀ ਗੱਲ ਹੈ ਕਿ ਪੱਖਾ ਇੱਕ ਨੰਬਰ ਤੇ ਚੱਲ ਰਿਹਾ ਜ਼ਿਆਦਾਤਰ ਲੋਕ ਇਹਨੂੰ ਇੱਕ ਨੰਬਰ ਤੇ ਚਲਾ ਪਾ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਪੰਜ ਨੰਬਰ ਤੇ ਵੀ ਚੱਲ ਸਕਦਾ ਜੇ ਉਹ ਆਪਣੇ ਮਾਈਂਡ ਨੂੰ ਆਪਣੇ ਬ੍ਰੇਨ ਨੂੰ ਟ੍ਰੇਨ ਕਰਨ ਔਰ ਇਹ ਸਾਨੂੰ ਇਹ ਮੈਂ ਲੋਕਾਂ ਦਾ ਕਸੂਰ ਨਹੀਂ ਮੰਨਦਾ ਕਿਸੇ ਵੀ ਜਗ੍ਹਾ ਤੇ ਸਾਡੀ ਐਜੂਕੇਸ਼ਨ ਦੇ ਵਿੱਚ ਕਦੀ ਜ਼ਿਕਰ ਨਹੀਂ ਹੁੰਦਾ ਕਿ ਵੀ ਇਹ ਮੈਮਰੀ ਜਿਹੜੀ ਆ ਅਨਲਿਮਿਟਿਡ ਹੋ ਸਕਦੀ ਹੈ ਜਾਂ ਸਾਡੀ ਜਿਹੜੀ ਕਾਬਲੀਅਤਾਂ ਬਹੁਤ ਜ਼ਿਆਦਾ ਹੋਵੇ ਕਿਉਂਕਿ ਟੀਚਰਸ ਨੂੰ ਵੀ ਇਸ ਬਾਰੇ ਨਹੀਂ ਪਤਾ ਤੇ ਸਾਡੇ ਸਿਲੇਬਸ ਦੇ ਵਿੱਚ ਵੀ ਕਿਤੇ ਨਹੀਂ ਹੈਗਾ ਬੱਚਾ ਆਪਣੇ ਹੀ ਤਰੀਕੇ ਇਜਾਦ ਕਰਦਾ ਯਾਦ ਕਰਨ ਦੇ ਕੋਈ ਚੱਲਦੇ ਫਿਰਦੇ ਪੜਦਾ ਕੋਈ ਲੇਟ ਕੇ ਪੜਦਾ ਕੋਈ ਟੀਵੀ ਲਾ ਕੇ ਕੋਈ ਮਿਊਜ਼ਿਕ ਲਾ ਕੇ ਕੋਈ ਲਾਇਬ੍ਰੇਰੀ ਚ ਪੜ ਸਕਦਾ ਕੋਈ ਕਾਰ ਚ ਬੈਠ ਕੇ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਇਜਾਦ ਕੀਤੇ ਹੋਏ ਉਹਦੇ ਨਾਲ ਜਿੰਨੂੰ ਜਿੰਨੀ ਕਾਬਲੀਅਤ ਬੰਦੀ ਹੈ ਉਹਦੇ ਨਾਲ ਹੀ ਚੱਲੀ ਜਾਂਦੀ ਜ਼ਿੰਦਗੀ ਦਿਮਾਗ ਸਾਰੇ ਬੰਦਿਆਂ ਦਾ ਸੇਮ ਹੁੰਦਾ ਜੀ ਜਿਵੇਂ ਮੈਂ ਕਹਿ ਸਕਦਾ ਵੀ ਮੰਨ ਲਓ ਤੁਸੀਂ ਹੁਣ ਡਾਕਟੋਰੇਟੋ ਪੀ ਐਚ ਡੀ ਕੀਤੀ ਹੋਈ ਹੈ ਮੈਂ ਇੱਕ ਆਰਟਸ ਦਾ ਸਟੂਡੈਂਟ ਰਹਾ ਮੇਰਾ ਮੈਂ ਕਈ ਵਾਰ ਆਪਾਂ ਆਪਣੇ ਤੋਂ ਗੱਲ ਲਾ ਕੇ ਦੇਖਦੇ ਆਪਾਂ ਕਹਿੰਦੇ ਵੀ ਨਹੀਂ ਯਾਰ ਮੈਂ ਪੜ ਨਹੀਂ ਸਕਦਾ ਮੇਰੇ ਪੱਲੇ ਨਹੀਂ ਪੈਂਦੀ ਫਿਜ਼ਿਕਸ ਤੇ ਮੈਂ ਉਸ ਪਾਸੇ ਨੂੰ ਕਿੱਦਾਂ ਜਾਣਾ ਕਿ ਦਿਮਾਗ ਸਾਰਿਆਂ ਦਾ ਸੇਮ ਹੁੰਦੇ ਦਿਮਾਗ ਸਾਰਿਆਂ ਦੇ ਸੇਮ ਹੈ ਗੱਲ ਇਹ ਹੈ ਕਿ ਜਦੋਂ ਤੁਸੀਂ ਹੁਣ ਫਿਜ਼ਿਕ ਸਾਰਿਆਂ ਦੇ ਵਾਸਤੇ ਨਹੀਂ ਹੈਗਾ ਤੇ ਜੇ ਤੁਸੀਂ ਕਹੋ ਵੀ ਪੰਜਾਬੀ ਤੇ ਪੰਜਾਬੀ ਮੇਰੇ ਵਾਸਤੇ ਲਿਟਰੇਚਰ ਚ ਮੇਰਾ ਇੰਟਰਸਟ ਨਹੀਂ ਬੰਦਾ ਇਹ ਤੇ ਕੋਈ ਗੱਲ ਨਹੀਂ ਹੈਗੀ ਤੁਸੀਂ ਆਪਣੇ ਫੀਲਡ ਦੇ ਮਾਹਿਰ ਹੋ ਮੈਂ ਆਪਣੇ ਫੀਲਡ ਦਾ ਮਾਹਿਰ ਕੋਈ ਉੱਪਰ ਨਹੀਂ ਕੋਈ ਨੀਚੇ ਨਹੀਂ ਬਸ ਇੰਨਾ ਹੀ ਫਰਕ ਹੈ ਨਾ ਜੇ ਤੁਹਾਨੂੰ ਕੋਈ ਗਾਈਡ ਕਰ ਦਿੰਦਾ ਕਾਉਂਸਲ ਕਰ ਦਿੰਦਾ ਕਰੀਬ ਕਰੀਬ ਸਕੂਲ ਦੇ ਵਿੱਚ ਤੁਹਾਡੇ ਅੰਦਰੋਂ ਲੱਭ ਕੇ ਤੁਹਾਡਾ ਪੋਟੈਂਸ਼ੀਅਲ ਬਾਹਰ ਰੱਖਦਾ ਉਹਨੂੰ ਕਹਿੰਦੇ ਕਾਉਂਸਲਰ ਜਿਹੜਾ ਦੱਸ ਦਿੰਦਾ ਵੀ ਸੁਖਿੰਦਰ ਜੀ ਜੇ ਤੁਸੀਂ ਐਸ ਫੀਲਡ ਦੇ ਵਿੱਚ ਕੰਮ ਕਰੋਗੇ ਨਾ ਤੇ ਤੁਸੀਂ ਜ਼ਿੰਦਗੀ 'ਚ ਬਹੁਤ ਅੱਗੇ ਜਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਤੁਹਾਡਾ ਇੰਟਰਸਟ ਹੈ ਤੁਹਾਡੇ ਇਹਦੀ ਕਾਬਲੀਅਤ ਹੈ ਮੈਂ ਕਦੀ ਕ੍ਰਿਕਟ ਖੇਡਿਆ ਹੀ ਨਹੀਂ ਮੈਂ ਕ੍ਰਿਕਟ ਦੇ ਸੁਪਨੇ ਲਈ ਚੱਲਾਂ ਮੈਨੂੰ ਬੈਟ ਟੱਚ ਕਰਨਾਂ ਨਹੀਂ ਆਂਦਾ ਕਦੀ ਤੇ ਫਿਰ ਉਹ ਗਲਤ ਹੈ ਨਾ ਫਿਰ ਹਰ ਬੰਦੇ ਦੇ ਵਿੱਚ ਕੁਝ ਨਾ ਕੁਝ ਤਾਂ ਕਾਬਲੀਅਤ ਦੇ ਕੇ ਭੇਜੀ ਆ ਰੱਬ ਨੇ ਇਸ ਤਰ੍ਹਾਂ ਤੇ ਹੈ ਨਹੀਂ ਕਿ ਸੰਡੇ ਨੂੰ ਵਿਹਲੇ ਸੀ ਤੇ ਉਹਨਾਂ ਨੇ ਬਣਾਤਾ ਸਾਰਿਆਂ ਨੂੰ ਕੁਝ ਨਾ ਕੁਝ ਕਾਬਲੀ ਬਸ ਉਹ ਜਾਂ ਸਾਡੇ ਪੇਰੈਂਟਸ ਕੋਲ ਜਾਂ ਸਾਡੇ ਗ੍ਰੈਂਡਪੇਰੈਂਟਸ ਕੋਲ ਇਨੀ ਸਮਝ ਨਹੀਂ ਹੁੰਦੀ ਕਿ ਵੀ ਉਹ ਬੱਚੇ ਦਾ ਇੰਟਰਸਟ ਵਾਚ ਕਰਨ ਕਿ ਵੀ ਕਿੱਥੇ ਉਹਦਾ ਇੰਟਰਸਟ ਹੈਗਾ ਜਿਸ ਤਰ੍ਹਾਂ ਮੇਰਾ ਇੱਕ ਦੋਸਤ ਆ ਉਹ ਬੜਾ ਸੀਨੀਅਰ ਆਫੀਸਰ ਹੈ ਉਹ ਕਹਿੰਦਾ ਮੇਰੇ ਬੱਚਾ ਹਿਸਟਰੀ ਵਿੱਚ ਬਹੁਤ ਇੰਟਰਸਟ ਰੱਖਦਾ ਮੈਂ ਕਿਹਾ ਫਿਰ ਉਹਨੂੰ ਕਿਸੇ ਅੱਛੀ ਜੀ ਯੂਨੀਵਰਸਿਟੀ ਚ ਭੇਜ ਤੇ ਹਿਸਟਰੀ ਦਾ ਕੰਮ ਹੁੰਦਾ ਹੋਵੇ ਮੈਂ ਇੱਕ ਦੋ ਯੂਨੀਵਰਸਿਟੀ ਦੱਸੀਆਂ ਦਿੱਲੀ ਦੇ ਵਿੱਚ ਕਹਿੰਦਾ ਨਹੀਂ ਨਹੀਂ ਕਰਾਣੀ ਤਾਂ ਮੈਂ ਇੰਜੀਨੀਅਰਿੰਗ ਹੀ ਆ ਸੋ ਕਹਿਣ ਦਾ ਮਤਲਬ ਹੈ ਕਿ ਪੇਰੈਂਟਸ ਵੀ ਕਈ ਵਾਰੀ ਆੜੇ ਆ ਜਾਂਦੇ ਆ ਕਿ ਬੱਚੇ ਦਾ ਇੰਟਰਸਟ ਇਸ ਠੀਕ ਹੈ ਕਿਉਂਕਿ ਉਹਦਾ ਫਾਦਰ ਇੰਜੀਨੀਅਰ ਹੈ ਉਹ ਕਹਿੰਦਾ ਮੈਂ ਵੀ ਇੰਜੀਨੀਅਰਿੰਗ ਕਰਾਣੀ ਹੈ ਸੋ ਬੱਚੇ ਦੇ ਉੱਤੇ ਪੇਰੈਂਟਸ ਆਪਣੇ ਵੀ ਸੁਪਨੇ ਥੋਪਦੇ ਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਰਿਆਂ ਦੀ ਕਾਬਲੀਅਤ ਬਰਾਬਰ ਹੈਗੀ ਹੈ ਸਿਰਫ ਟ੍ਰੇਨ ਕਰਨ ਦੀ ਬ੍ਰੇਨ ਨੂੰ ਟ੍ਰੇਨ ਮੈਂ ਆਪਣੀ ਮੈਮਰੀ ਨੂੰ ਟ੍ਰੇਨ ਕੀਤਾ ਜੇ ਕੋਈ ਵੀ ਇਸ ਨੂੰ ਟ੍ਰੇਨ ਕਰ ਲਵੇ ਮੇਰਾ 4.5 5 ਘੰਟੇ ਦੇ ਵੀਡੀਓਜ਼ ਦੇਖ ਕੇ ਜੇ ਕੋਈ ਉਹਦੀ ਪ੍ਰੈਕਟਿਸ ਕਰੇ ਸਿਰਫ ਦੇਖਣਾ ਨਹੀਂ ਹੈ ਉਹਦੀ ਪ੍ਰੈਕਟਿਸ ਕਰ ਲਵੇ ਉਹ ਵੀ ਬੰਦਾ ਉਨਾ ਹੀ ਰਿਕਾਰਡ ਬਣਾ ਸਕਦਾ ਜ ਇਸ ਦੇ ਵਿੱਚ ਤਿੰਨ ਮੈਥਡ ਆਉਂਦੇ ਆ ਜਿਹਦੇ ਵਿੱਚ ਮੈਮਰੀ ਇਨਕਰੀਸ ਕਰਨ ਦੇ ਇੱਕ ਤੁਹਾਨੂੰ ਸੁਣਿਆ ਹੋਇਆਗਾ ਸਵਾਮੀ ਵਿਵੇਕਾਨੰਦ ਜੀ ਦੀ ਮੈਮਰੀ ਬਹੁਤ ਸ਼ਾਰਪ ਸੀਗੀ ਉਹ ਟੈਕਨੀਕ ਹੈਗੀ ਆ ਨੈਚੁਰਲ ਨੈਚੁਰਲ ਮੈਥਡ ਕਿ ਜੇ ਅਸੀਂ ਸਾਡੇ ਹਰ ਧਰਮ ਦੇ ਵਿੱਚ ਧਿਆਨ ਲਾਣ ਦੀ ਗੱਲ ਕਹੀ ਜਾਂਦੀ ਹੈ ਤੇ ਅਸੀਂ ਸਿਰਫ ਗੁਰਦੁਆਰੇ ਮੰਦਰਾਂ ਦੇ ਵਿੱਚ ਜਾ ਕੇ ਮੱਥਾ ਟੇਕ ਕੇ ਸੋਚਦੇ ਸਾਡਾ ਕੰਮ ਹੋ ਗਿਆ ਨਹੀਂ ਜੋ ਗੁਰਬਾਣੀ ਦੇ ਵਿੱਚ ਜੋ ਵੀ ਗੀਤਾ ਦੇ ਵਿੱਚ ਕੁਰਾਨ ਦੇ ਵਿੱਚ ਲਿਖਿਆ ਨਾ ਉਹਨੂੰ ਅਮਲ ਕਰਨਾ ਉਹ ਹੈ ਅਸਲੀ ਧਰਮ ਅਦਰਵਾਇਜ਼ ਮੱਥੇ ਟੇਕਣ ਨਾਲ ਕੁਝ ਨਹੀਂ ਹੋਣਾ ਸੋ ਆਪ ਬੰਦਾ ਉਹੀ ਕਰਦਾ ਵੈ ਪਰ ਜੇ ਅਸੀਂ ਦੇਖੀਏ ਤੇ ਹਰ ਧਰਮ ਚ ਧਿਆਨ ਲਗਾਉਣ ਦੀ ਵਿਧੀ ਦੱਸੀ ਜਾਂਦੀ ਹੈ ਵੀ ਧਿਆਨ ਲਗਾਓ ਗੁਰਬਾਣੀ ਤੇ ਮੈਂ ਦੇਖਦਾ ਹਾਂ ਬਹੁਤ ਜ਼ਿਆਦਾ ਸਾਡੇ ਧਰਮ ਚ ਵੀ ਬਹੁਤ ਜ਼ਿਆਦਾ ਸੋ ਇਹ ਜੇ ਕੋਈ ਇਹਨੂੰ ਮੈਡੀਟੇਸ਼ਨ ਕਹ ਲਓ ਇਹਨੂੰ ਕਨਸੈਂਟਰੇਸ਼ਨ ਕਹ ਲਓ ਇਹਦਾ ਮਤਲਬ ਹੁੰਦਾ ਕਿ ਇਹ ਜਿਹੜਾ ਮੰਕੀ ਮਾਈਂਡ ਹੈ ਜਿਹਦੇ ਚ 70 90 ਹਜ਼ਾਰ ਥਾਟ ਆ ਰਹੀਆਂ ਇਹਨੂੰ ਥਾਟ ਫ੍ਰੀ ਕਰ ਦੇਣਾ ਕਿ ਹੁਣ 10 ਕੋਈ ਥਾਟ ਲਿਆ ਕੇ ਦਿਖਾ ਇੰਨਾ ਕਾਬੂ ਇਹਦੇ ਵਿੱਚ ਥਾਟ ਹੀ ਨਾ ਕੋਈ ਆਵੇ ਔਰ ਫਿਰ ਤੁਸੀਂ ਉਹ ਥਾਟ ਚਲਾਣੀ ਹੈ ਜਿਹੜੀ ਤੁਸੀਂ ਚਾਹਦੇ ਹੋ ਇਨੂੰ ਕਹਿੰਦੇ ਆ ਧਿਆਨ ਲਗਾਉਣਾ ਔਰ ਜੇ ਕੋਈ ਬੰਦਾ ਹੁਣ ਕਨਸੈਂਟਰੇਸ਼ਨ ਦਾ ਮਤਲਬ ਕੀ ਹੈ ਮੇਰੇ ਸਾਹਮਣੇ ਇਹ ਟੇਬਲ 'ਤੇ ਆਵਾ ਮੈਂ ਸਿਰਫ ਇਹ ਮਾਈਕ ਹੈ ਇਸ ਮਾਈਕ ਵੱਲ ਮੈਂ ਦੇਖਦਾ ਜਾਨਾ ਦੇਖਦਾ ਜਾਨਾ ਔਰ ਮੇਰਾ ਧਿਆਨ ਕਿਤੇ ਨਹੀਂ ਜਾ ਰਿਹਾ ਮੈਂ ਇਸ ਤੇ ਮਾਈਕ ਦੇ ਕੱਲੇ-ਕੱਲੇ ਫੀਚਰ ਨੂੰ ਸਟੱਡੀ ਕਰ ਰਿਹਾ ਥੈਟ ਇਜ਼ ਕਨਸੈਂਟਰੇਸ਼ਨ ਉਹਨੂੰ ਕਹਿੰਦੇ ਕਨਸੈਂਟਰੇਸ਼ਨ ਕਿਸੇ ਇੱਕ ਛੋਟੀ ਜੀ ਚੀਜ਼ ਦੇ ਉੱਤੇ ਜਾਂ ਇੱਕ ਛੋਟੇ ਜੇ ਪ੍ਰੋਸੈਸ ਦੇ ਉੱਤੇ ਜਾਂ ਛੋਟੇ ਜੇ ਕੰਮ ਦੇ ਉੱਤੇ ਕਿੰਨੀ ਦੇਰ ਤੁਸੀਂ ਧਿਆਨ ਲਗਾ ਸਕਦੇ ਹੋ ਜੇ ਕੋਈ ਬੰਦਾ 5 ਤੋਂ 7 ਮਿੰਟ ਧਿਆਨ ਲਗਾ ਸਕਦਾ ਨਾ ਉਹ ਜ਼ਿੰਦਗੀ ਇਸ ਕਰਕੇ ਅਸੀਂ ਆਮ ਆਦਮੀ ਰਹਿ ਜੰਨੇ ਆ ਜਦ ਕਿ ਜੇ ਅਸੀਂ ਪ੍ਰੈਕਟਿਸ ਕਰੀਏ ਤੇ ਉਸ ਫੋਕਸ ਦੇ ਟਾਈਮ ਨੂੰ ਵਧਾਉਂਦੇ ਜਾਈਏ ਵਧਾਉਂਦੇ ਜਾਈਏ ਪਈ ਅਸੀਂ ਵੀ ਉੱਥੇ ਪਹੁੰਚ ਸਕਦੇ ਹਾਂ ਜਿੱਥੇ ਬਾਬਾ ਨਾਨਕ ਪਹੁੰਚੇ ਸੀ ਜਿੱਥੇ ਮਹਾਤਮਾ ਬੁੱਧ ਪਹੁੰਚੇ ਸੀ ਉਹ ਐਡੀ ਵੱਡੀ ਗੱਲ ਨਹੀਂ ਹੈਗੀ ਪਰ ਇਹ ਹੈ ਕਿ ਸਾਨੂੰ ਇਸ ਨੈਗੇਟਿਵ ਜ਼ਿੰਦਗੀ ਦੇ ਵਿੱਚ ਦੌੜ ਭੱਜ ਦੇ ਵਿੱਚ ਐਸੇ ਫਸੇ ਹੋਏ ਆ ਕਿ ਜਿਹੜੇ ਸਾਡੇ ਗੁਰੂ ਜਦੋਂ ਸਾਨੂੰ ਸਮਝਾਉਂਦੇ ਆ ਕਿ ਧਿਆਨ ਲਗਾਓ ਅਸੀਂ ਉਧਰ ਧਿਆਨ ਨਹੀਂ ਦੇ ਪਾਉਂਦੇ ਧਿਆਨ ਲਗਾਉਂਦਾ ਕਿ ਫਾਇਦਾ ਮੈਂ ਆਪਣੇ ਕੰਮ ਤੇ ਧਿਆਨ ਦਵਾ ਪੈਸੇ ਬਣਾਵਾ ਮੇਰੀ ਜ਼ਿੰਦਗੀ ਵਧੀਆ ਚੱਲੇ ਪਰ ਜੇ ਅਸਲੀ ਜ਼ਿੰਦਗੀ ਜਿਣੀ ਹੈ ਤਾਂ ਫਿਰ ਉਹੀ ਹੈ ਕਨਸੈਂਟਰੇਸ਼ਨ ਅਪਣੀ ਨੂੰ ਬਤਾਓ ਤੇ ਕਨਸੈਂਟਰੇਸ਼ਨ ਦਾ ਡਾਇਰੈਕਟਲੀ ਮੈਮਰੀ ਜੁੜੀ ਹੋਈ ਆ ਵਿਵੇਕਾਨੰ ਬੜਾ ਗੁੱਸਾ ਆਉਂਦਾ ਸੀ ਵੀ ਰੋਜ਼ ਤਿੰਨ ਕਿਤਾਬਾਂ ਲੈ ਜਾਂਦੇ ਤਿੰਨ ਵਾਪਸ ਭੇਜ ਦਿੰਦੇ ਕੀ ਹੋ ਗਈ ਰਿਆ ਫਿਰ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਤੁਸੀਂ ਗੁੱਸਾ ਨਾ ਕਰੋ ਲਾਇਬ੍ਰੇਰੀ ਤੋਂ ਕਹਿੰਦੇ ਤੁਸੀਂ ਪੁੱਛੋ ਕਿਹੜੇ ਪੇਜ ਤੇ ਕੀ ਲਿਖਿਆ ਮੈਂ ਤੁਹਾਨੂੰ ਦੱਸ ਦਿੰਦਾ ਕਿਹੜੇ ਪੇਜ ਤੇ ਤਿੰਨ ਕਿਤਾਬਾਂ ਦੇ ਕਿਹੜੀ ਤਰੀਕ ਦੀ ਕਿਤਾਬ ਸੀਗੀ ਉਹ ਸਾਰਾ ਦੱਸ ਦਿੰਦੇ ਸੀ ਤਾਂ ਇਹ ਇੱਕ ਬਹੁਤ ਜ਼ਿਆਦਾ ਤਪੱਸਿਆ ਦੀ ਜ਼ਰੂਰਤ ਹੁੰਦੀ ਹੈ ਇਸ ਵਾਸਤੇ ਐਡਾ ਸੌਖਾ ਨਹੀਂ ਹੈ ਪਰ ਜੇ ਅਸੀਂ Swami Vivekananda ਜੀ ਦੇ 1 ਜਾਂ 2% ਤੱਕ ਵੀ ਪਹੁੰਚ ਗਈ ਹੈ ਤੇ ਹਾਈਐਸਟ ਦੇ ਟੈਸਟਸ ਦੇਣਾ ਤਾਂ ਸਾਡੇ ਵਾਸਤੇ ਕੁਝ ਮਾਮੂਲੀ ਕੰਮ ਹੋ ਜਾਵੇ ਬਹੁਤ دوسری ਟੈਕਨੀਕ ਦੀ ਉਸ ਤੋਂ ਬਾਅਦ ਸੈਕਿੰਡ ਟੈਕਨੀਕ ਆਉਂਦੀ ਹੈ ਨਿਮੋਨਿਕ ਟੈਕਨੀਕ ਉਹਨੂੰ ਕਹਿੰਦੇ ਆ ਨਿਮੋਨਿਕ ਟੈਕਨੀਕਸ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਵੈ ਜਿਸ ਤਰ੍ਹਾਂ ਸਾਨੂੰ ਛੋਟੇ ਹੁੰਦੇ ਆ ਆਪਣੇ ਹੱਥ ਦੇ ਉੱਤੇ ਸਾਲ ਦੇ ਪਹਿਲਾ ਜਿਹੜਾ ਵਾ ਜਨੂਰੀ 31 ਫਰਵਰੀ ਦੇ 31 ਇਹ ਵੀ ਕੋਈ ਵੀ ਇਹੋ ਜੀ ਟੈਕਨੀਕ ਜਿਹੜੀ ਤੁਹਾਨੂੰ ਯਾਦ ਰੱਖਣ ਦੇ ਵਿੱਚ ਮਦਦ ਕਰੇ ਕੋਈ ਡਾਟਾ ਨੂੰ ਉਹਨੂੰ ਅਸੀਂ ਕੰਨੇ ਆ ਨਿਮੋਨਿਕ ਟੈਕਨੀਕ ਉਹ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਵਾ ਉਹਨਾਂ ਨੂੰ ਜੇ ਸਾਰਿਆਂ ਨੂੰ ਐਕਸਪਲੇਨ ਕਰਨ ਲੱਗੀ ਹੈ ਤੇ ਘੱਟੋ ਘੱਟ 3-3.5 ਘੰਟੇ ਦਾ ਟਾਈਮ ਲੱਗਦਾ ਵਾ ਬਰੀਫ ਜਿਹਾ ਦੱਸ ਦਿੰਨਾ ਕਿ ਡਾਟਾ ਨੂੰ ਜੇ ਅਸੀਂ ਆਪਣੇ ਇਮੇਜ ਦੇ ਵਿੱਚ ਕਨਵਰਟ ਕਰ ਲਈਏ ਤੇ ਸਾਡਾ ਬ੍ਰੇਨ ਇਹ ਨੰਬਰਸ ਔਰ ਅਲਫਾਬੈਟਸ ਨੂੰ ਯਾਦ ਰੱਖਣ ਲਈ ਨਹੀਂ ਬਣਿਆ ਸੀਗਾ ਇਹ ਬਣਿਆ ਸੀ ਇਮੇਜਸ ਨੂੰ ਯਾਦ ਰੱਖਣ ਲਈ ਕਿਉਂਕਿ ਦੁਨੀਆ 'ਚ ਹੁਣ ਇਸ ਟ ਫਾਰਮ ਚ ਇਧਰ ਮੈਨੂੰ ਪਰਦੇ ਨਜ਼ਰ ਆ ਰਿਹਾ ਹੈ ਇਧਰ ਟੀਵੀ ਨਜ਼ਰ ਆ ਰਿਹਾ ਹੈ ਇਧਰ ਕੈਮਰਾ ਨਜ਼ਰ ਆ ਰਿਹਾ ਹੈ ਇਧਰ ਤੁਸੀਂ ਸੋ ਸਾਡਾ ਬ੍ਰੇਨ ਜਿਹੜਾ ਨਾ ਤੁਸੀਂ ਸੁਣਨ ਗਿਆ ਰਹੋ ਨਾ ਹੋਗੇ ਬਿਲੀయన్స్ ਆਫ ਇਮੇजेस ਨੂੰ ਡਿਫਰੈਂਟ ਡਿਫਰੈਂਟ ਲੋਕੇਸ਼ਨ ਤੇ ਯਾਦ ਰੱਖਣ ਦੀ ਕਾਬਲੀਅਤ ਰੱਖਦਾ ਹੈ ਕਿ ਜੇ ਤੁਸੀਂ ਇੱਕ ਜਗ੍ਹਾ ਦੇ ਉੱਤੇ ਇੱਕ ਇਮੇਜ ਬਣਾ ਕੇ ਯਾਦ ਕਰ ਲਿਆ ਉਹ ਇਮੇਜ ਉਹ ਹਮੇਸ਼ਾ ਵਾਸਤੇ ਯਾਦ ਰੱਖੇਗਾ ਜਿਸ ਤਰ੍ਹਾਂ ਮੈਂ ਇਹਦੀ ਐਗਜ਼ਾਮਪਲ ਦਵਾ ਕਿ ਜੇ ਮੈਂ ਤੁਹਾਨੂੰ ਕੋਈ ਬੱਚੇ ਨੂੰ ਪੁੱਛਾਂ ਕਿ ਬੇਟਾ ਪਿਛਲੇ ਮੰਡੇ ਨੂੰ ਮੈਥ ਦੀ ਕਲਾਸ ਕੀ ਪੜਿਆ ਸੀਗਾ ਤੇ ਉਹਦੇ ਵਾਸਤੇ ਦੱਸਣਾ ਬਹੁਤ ਔਖਾ ਹੋਏਗਾ ਪਰ ਜੇ ਮੈਂ ਇਹਨੂੰ ਪੁੱਛਾਂ ਪਿਛਲੇ ਸਾਲ ਤੁਸੀਂ ਆਪਣੀ ਫੈਮਿਲੀ ਨਾਲ ਇੱਕ ਟ੍ਰਿਪ ਤੇ ਗਏ ਸੀ ਡਲੋਜੀ ਉਹਦੇ ਬਾਰੇ ਦੱਸੋ ਤੇ ਉਹਨੇ ਮਿੰਟ ਬਾ ਮਿੰਟ ਦੱਸਣਾ ਉਹ ਨਹੀਂ ਭੁੱਲਿਆ ਪਰ ਇਹ ਕਿਉਂ ਭੁੱਲ ਗਿਆ ਕਿਉਂਕਿ ਸਾਡਾ ਬ੍ਰੇਨ ਇਹਨਾਂ ਨੰਬਰਾਂ ਨੂੰ ਯਾਦ ਰੱਖਣ ਲਈ ਨਹੀਂ ਬਣਿਆ ਹੋਇਆ ਤੇ ਇੱਕ ਮੇਜਰ ਟੈਕਨੀਕ ਜਿਹੜੀ ਇਹਦੇ ਚ ਇਹੀ ਹੈਗੀ ਆ ਨਿਮੋਨਿਕ ਟੈਕਨੀਕ ਕਿ ਆਪਣੇ ਡਾਟਾ ਨੂੰ ਇਮੇਜਸ ਦੇ ਵਿੱਚ ਕਨਵਰਟ ਕਰਕੇ ਤੇ ਉਹਨੂੰ ਸਟੋਰ ਕਰ ਲੈਂਦੇ ਆ ਜਦੋਂ ਉਹ ਸਟੋਰ ਹੋ ਜਾਂਦਾ ਉਹ ਉਹਨੂੰ ਬਾਰ-ਬਾਰ ਫਿਰ ਉਹੀ ਪਹਿਲਾਂ ਰਜਿਸਟਰ ਕੀਤਾ ਫਿਰ ਉਹਨੂੰ ਰਿਵਾਈਜ਼ ਕੀਤਾ ਫਿਰ ਉਹਨੂੰ ਜਦੋਂ ਮਰਜ਼ੀ ਚਾਹੋ ਯਾਦ ਕਰ ਲਓ ਤੁਹਾਨੂੰ ਉਹ ਰਿਕਾਲ ਹੋ ਜਾਂਦਾ ਹੁਣ ਜਿਸ ਤਰ੍ਹਾਂ ਮੈਂ ਜੇ ਆਪਣੇ ਕਾਲਜ ਦੇ ਪ੍ਰੋਫੈਸਰਾਂ ਦੇ ਆਪਣੇ ਕਲੀਕਸ ਦੇ ਆਪਣੇ ਰਿਲੇਟਿਵਸ ਦੇ ਫੋਨ ਨੰਬਰ ਯਾਦ ਕੀਤੇ ਆ ਉਹਨਾਂ ਨੂੰ ਮੈਂ ਇਮੇਜਸ ਚ ਕਨਵਰਟ ਕੀਤਾ ਹੋਇਆ ਉਹਨਾਂ ਨੂੰ ਪਰਟੀਕੂਲਰ ਲੋਕੇਸ਼ਨ ਤੇ ਯਾਦ ਕੀਤਾ ਹੋਇ ਦਿਮਾਗ ਉਸ ਵੇਲੇ ਉਸ ਜਗ੍ਹਾ ਤੇ ਜਾਂਦਾ ਤੇ ਉਹ ਸਾਰਾ ਇਮੇਜ ਵਿਥਿਨ ਸੈਕਿੰਡਸ ਪਿਕ ਕਰਦਾ ਤੇ ਉਹਨੂੰ ਕਨਵਰਟ ਕਰ ਦਿੰਦਾ ਨੰਬਰਸ ਦੇ ਵਿੱਚ ਤੇ ਮੈਂ ਉਸ ਵੇਲੇ ਦੱਸ ਦਿੰਦਾ ਵੀ ਇਹ ਇਹ ਨੰਬਰ ਹੈਗਾ ਡਾਕਟਰ ਸਰ ਰਿਕਾਰਡ ਵੀ ਬਣਾਇਆ ਤੁਸੀਂ ਕਈ ਇਸੇ ਚੀਜ਼ ਨੂੰ ਲੈ ਕੇ ਰਿਕਾਰਡ ਥੋੜੇ ਦੱਸਿਓ ਆਪਣੇ ਲਈ ਹਾਂ ਜੀ ਰਿਕਾਰਡ ਮੇਰੇ ਰੀਸੈਂਟਲੀ ਮੈਂ ਬਣਾਇਆ ਸੀ ਏਸ਼ੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਉਹ ਮੈਂ ਪੰਜਾਬ ਪ੍ਰੈਸ ਕਲੱਬ 'ਚ ਹੀ ਕੀਤਾ ਸੀਗਾ ਕਿਉਂਕਿ ਉਹਨਾਂ ਦਿਨਾਂ 'ਚ ਕਾਲਜ ਸਕੂਲ ਜਿਹੜੇ ਕੋਈ ਵੱਡੀ ਗੈਦਰਿੰਗ ਨਹੀਂ ਸੀ ਹੋ ਰਹੀ ਕਰੋਨਾ ਕਰਕੇ ਇਸ ਕਰਕੇ ਮੈਂ ਚੁਣਿਆ ਮੈਂ ਕਿਹਾ ਉੱਥੇ ਆਪਣੇ মিডিਆ ਵਾਲੇ ਵੀਰ ਤਾਂ ਆਪਣੇ ਬਹੁਤ ਵਾਕਫ ਹੈਗੇ ਆ ਤੇ ਪੀਰੀਆਡਿਕ ਟੇਬਲ ਹੁੰਦਾ ਹੈ ਕੈਮਿਸਟਰੀ ਦੇ ਵਿੱਚ ਉਹਦੇ ਵਿੱਚ 118 ਐਲੀਮੈਂਟਸ ਹੁੰਦੀਆਂ 118 ਐਲੀਮੈਂਟਸ ਤੇ ਹਜ਼ਾਰਾਂ ਲੋਕਾਂ ਨੂੰ ਯਾਦ ਹੋਣੀ ਆ ਪਰ ਉਹਨਾਂ ਦੇ ਮਾਸ ਨੰਬਰ ਜਿਹੜੇ ਅਪ ਟੂ ਲਾਸਟ ਡਿਜੀਟ ਉਹ ਅਜੇ ਤੱਕ ਦੁਨੀਆ 'ਚ ਕਿਸੇ ਨੇ ਨਹੀਂ ਸੀ ਕੀਤੇ ਹੋਏ ਜਿਸ ਤਰ੍ਹਾਂ ਹਾਈਡਰੋਜਨ 1.00794 ਹੀਲੀਅਮ 4.002602 ਲਿਥੀਅਮ 6.941 ਬਰਿਲੀਅਮ 9.012182 ਬੋਰੋਨ 10.811 ਕਾਰਬਨ 12.0107 ਨਾਈਟ੍ਰੋਜਨ 14.0067 ਆਕਸੀਜਨ 15.994 ਫਲੋਰਿਨ 18.9984032 ਸੋ ਇਹ 118 엘మెంట్ਸ ਦਾ ਡਾਟਾ ਮੈਂ ਰਿਕਾਲ ਕੀਤਾ ਤੇ ਇਹ ਮੇਰਾ ਐਸ਼ੀਆ ਬੁੱਕ ਦੇ ਵਿੱਚ ਨਾਮ ਦਰਜ ਹੋਇਆ ਸੀ ਨੰਬਰ ਵਾਲਾ ਤੇ ਵੀ ਸੀਗਾ ਤੁਹਾਡਾ ਫੋਨ ਨੰਬਰ ਮੈਨੂੰ ਇਸ ਟਾਈਮ ਵੀ ਮੈਂ ਤੁਹਾਨੂੰ ਦੱਸਿਆ 500 ਫੋਨ ਨੰਬਰ ਯਾਦ ਹੈਗੇ ਪਰ ਉਹ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਡਿਸਕਲੋਸ ਇੱਥੇ ਬੋਲਦਾ ਠੀਕ ਨਹੀਂ ਲੱਗਾਗਾ ਬਾਕੀ ਮੇਰਾ ਕੰਟਰੀਜ਼ ਐਂਡ ਕੈਪੀਟਲਸ ਹੈਗੇ ਜਿਸ ਤਰ੍ਹਾਂ ਚਾਹੇ ਉਹ ਥੋੜਾ ਜਿਹਾ ਇੱਕ ਵਾਰੀ ਜ਼ਰੂਰ ਦੱਸਿਓ ਕਿਹੜਾ ਕੰਟਰੀਜ਼ ਦਾ ਕੈਪੀਟਲਜ਼ ਦਾ ਕੰਟਰੀਜ਼ ਜਿਹੜੀ ਕੈਪੀਟਲਜ਼ ਹੈਗੀਆਂ ਜਿਸ ਦਾ ਮੈਂ 200 ਕੰਟਰੀਜ਼ ਹੈਗੇ ਉਹਨਾਂ ਦੀਆਂ ਕੈਪੀਟਲਜ਼ ਨੂੰ ਯਾਦ ਕੀਤਾ ਸੀ ਔਰ ਸ਼ਾਰਟੇਸਟ ਪੀਰੀਅਡ ਚ ਰਿਕਾਲ ਕੀਤਾ ਸੀਗਾ ਇਹ ਮੇਰਾ ਰਿਕਾਰਡ ਜਿਹੜਾ ਸੀਗਾ ਉਹ ਲਿਮਕਾ ਬੁੱਕ ਆਫ ਰਿਕਾਰਡਸ ਵੀ ਆਇਆ ਸੀਗਾ ਤੇ ਲਿਮਕਾ ਬੁੱਕ ਤੋਂ ਪਹਿਲਾਂ ਫਿਰ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਮੈਂ ਕੁਝ ਤਿੰਨ ਰਿਕਾਰਡ ਉਹਦੇ ਵਿੱਚ ਬਣਾਏ ਸੀਗੇ ਫਿਰ ਇੱਕ ਯੂਨੀਵਰਸਿਟੀ ਨੇ ਮੈਨੂੰ ਇਨਵਾਈਟ ਕੀਤਾ ਟਾਕ ਲਈ ਮੈਂ ਗਿਆ ਵੀ ਮੈਂ ਆਣਾ ਹੀ ਆ ਟਾਕ ਦੇਣ ਲਈ ਇੱਕ ਰਿਕਾਰਡ ਤੁਹਾਡੇ ਵੀ ਬਣਾ ਦਿੰਨਾ ਫਿਰ ਮੈਨੂੰ ਅਹਮਦਾਬਾਦ ਇੱਕ ਅਵਾਰਡ ਫੰਕਸ਼ਨ ਲਈ ਬੁਲਾਇਆ ਗਿਆ ਤੇ సిగే టీవీ స్టార్ సిగే ਤੇ ਮੈਂ ਕਿਹਾ ਚਲੋ ਉੱਥੇ ਵੀ ਇੱਕ ਰਿਕਾਰਡ ਬਣਾਇਆ ਉੱਥੇ वर्ल्ड ਰਿਕਾਰਡ ਇੰਡੀਆ ਦੀ ਟੀਮ ਆਈ ਹੋਈ ਸੀ ਉਹਨਾਂ ਨਾਲ ਰਿਕਾਰਡ ਬਣਾਇਆ ਫਿਰ ਯੂਨੀਵਰਸਿਟੀਜ਼ 골ਡਨ ਬੁੱਕ ਆਫ वर्ल्ड ਰਿਕਾਰਡ ਉਹ ਮੈਂ ਖੁਦ ਟੀਮ ਬੁਲਾਈ ਸੀ ਤੋ ਰਿਕਾਰਡ ਬਣਾਉਣ ਦੇ ਪ੍ਰੋਸੈਸ ਵੀ ਹੌਲੀ ਹੌਲੀ ਸਮਝ ਆਇਆ ਕਿ ਵੀ ਇਹ ਬੰਦੇ ਕਿਸ ਤਰ੍ਹਾਂ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਂ ਜਦੋਂ ਪਹਿਲੀ ਵਾਰੀ ਰਿਕਾਰਡ ਬਣਾਣਾ ਤੇ ਮੈਂ ਕੰਪਨੀ ਨੂੰ ਫੋਨ ਕੀਤਾ ਫਰੀਦাবাদ ਸੀ ਉਹਨਾਂ ਦਾ ਆਫਿਸ ਮੈਂ ਕਿਹਾ ਜੇ ਤੁਹਾਡੀ ਆਫਿਸ ਚ ਆਣਾ ਤੇ ਮੈਂ ਰਿਕਾਰਡ ਬਣਾਣਾ ਕਹਿੰਦੇ ਕਿਹੜੇ ਫੀਲਡ ਚ ਮੈਂ ਕਿਹਾ ਮੈਮਰੀ ਦੇ ਤੇ ਕਹਿੰਦੇ ਇੱਕ ਰਿਕਾਰਡ ਬਣਾਣਾ ਮੈਂ ਕਹਿੰਦੀ ਮੈਂ ਤਿੰਨ ਚਾਰ ਰਿਕਾਰਡ ਬਣਾਣੇ ਆ ਉਹ ਕਹਿੰਦੇ ਇਸ ਤਰ੍ਹਾਂ ਥੋੜੀ ਜੀ ਤੁਸੀਂ ਇਹਦਾ ਕੰਮ ਕਿਸੇ ਨੇ ਕੀਤਾ ਹੀ ਨਹੀਂ ਇੱਕ ਦਿਨ ਚ ਚਾਰ ਰਿਕਾਰਡ ਤੇ ਕਦੀ ਬਣਾ ਹੀ ਨਹੀਂ ਤੇ ਤੁਸੀਂ ਚਾਰ ਬਣਾਣੇ ਆ ਉਹਨਾਂ ਨੂੰ ਮਜ਼ਾਕ ਲੱਗਿਆ ਤੇ ਫਿਰ ਕਹਿੰਦੇ ਤੁਸੀਂ ਨਾ ਇੱਕ ਸ਼ੋਅ ਆਰਗੇਨਾਈਜ਼ ਕਰੋ ਉਹ ਸ਼ੋਅ ਦੇ ਵਿੱਚ ਕੁਝ ਲੋਕ ਹੋਣੇ ਚਾਹੀਦੇ ਆ ਤੇ ਉੱਥੇ ਸਾਡੇ ਜੱਜ ਆਣਗੇ ਉੱਥੇ ਤੁਹਾਨੂੰ ਐਵਾਰਡ ਦਿੱਤਾ ਜਾਏਗਾ ਫਿਰ ਮੇਰੀ ਮੈਨੇਜਮੈਂਟ ਜਿਹੜੀ ਮੈਂ ਕੰਮ ਕਰਦਾ ਵਾਂ ਡੀਵੀ ਮੈਨੇਜਮੈਂਟ ਉਹਨਾਂ ਦੇ ਪ੍ਰਧਾਨ ਜੀ ਸਾਡੇ ਬੜੇ ਹੀ ਵਧੀਆ ਇਨਸਾਨ ਉਹਨਾਂ ਨੂੰ ਦਿੱਲੀ ਮਿਲਿਆ ਉਹਨਾਂ ਨੇ ਫਰੀਦাবাদ ਦੇ ਇੱਕ ਬਹੁਤ ਵੱਡੇ ਸਕੂਲ ਦੇ ਆਲਟ ਤਾ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਮੇਰਾ ਰਿਕਾਰਡ ਕਿਸ ਤਰ੍ਹਾਂ ਬਣਦਾ ਹੈ ਔਰ ਮੈਂ ਬਣਾਣੇ ਸੀ ਚਾਰ ਰਿਕਾਰਡ ਤੁਹਾਨੂੰ ਇੱਕ ਮਜ਼ਾ ਮਜ਼ੇ ਦੀ ਗੱਲ ਦੱਸਣਾ ਮੈਂ ਚਾਰ ਰਿਕਾਰਡ ਬਣਾਣੇ ਸੀ ਜੱਜ ਬੈਠੇ ਉੱਥੇ ਹਜ਼ਾਰ ਬੱਚਾ ਬੈਠਾ ਬਹੁਤ ਵੱਡੇ ਵੱਡੇ ਡਿੰਟਰੀਜ਼ ਬੈਠੀਆਂ ਇੱਕ ਰਿਕਾਰਡ ਬਣ ਗਿਆ ਦੂਜਾ ਰਿਕਾਰਡ ਬਣ ਗਿਆ ਤੀਜਾ ਰਿਕਾਰਡ ਬਣ ਗਿਆ ਜਦੋਂ ਚੌਥਾ ਬਣਨ ਲੱਗਾ ਮੇਰਾ ਜਿਸ ਤਰ੍ਹਾਂ ਕੰਪਿਊਟਰ ਨਹੀਂ ਹੈਂਗ ਹੋ ਜਾਂਦਾ ਉਹ ਡਾਟਾ ਹੀ ਡਿਲੀਟ ਹੋ ਗਿਆ ਉਹ ਮਤਲਬ ਮੈਂ ਚੌਥੇ ਡਾਟਾ ਦਾ ਮੈਨੂੰ ਸਵਾਲ ਕਰਨ ਮੈਂ ਕਹਿੰਦਾ ਮੈਨੂੰ ਯਾਦ ਨਹੀਂ ਆ ਰਿਹਾ ਹੈ ਹੀ ਕੁਝ ਨਹੀਂ ਇੱਥੇ ਖਾਲੀ ਹੋਇਆ ਪਿਆ ਇੱਕ ਵਾਰੀ ਫੇਰ ਮੈਂ ਪਿੱਛੇ ਗਿਆ ਜਾ ਕੇ ਥੋੜਾ ਕਨਸੈਂਟਰੇਟ ਕੀਤਾ ਦੁਬਾਰਾ ਵਾਪਸ ਤਿੰਨ ਵਾਰੀ ਮੈਂ ਵਾਪਸ ਆਇਆ ਪਰ ਉਹ ਰਿਕਾਰਡ ਨਹੀਂ ਬਣ ਸਕਿਆ ਮੇਰੇ ਕੋਲ ਜਿਸ ਤਰ੍ਹਾਂ ਮੈਂ ਕਹਿੰਦਾ ਨਾ ਕੰਪਿਊਟਰ ਹੈਂਗ ਹੋ ਗਿਆ ਇਸ ਤਰ੍ਹਾਂ ਬ੍ਰੇਨ ਨੂੰ ਪਹਿਲੀ ਵਾਰ ਇਹ ਵੀ ਹੈਂਗ ਹੁੰਦਾ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਤਿੰਨ ਰਿਕਾਰਡ ਹੈ ਇਹ ਵੀ ਅਜ ਤੱਕ ਕਿਸੇ ਨੇ ਇਕੱਠੇ ਇੱਕ ਇੱਕ ਘੰਟੇ ਦੇ ਵਿੱਚ ਪੌਣੇ ਘੰਟੇ ਦੇ ਵਿੱਚ ਤਿੰਨ ਰਿਕਾਰਡ ਕਦੀ ਨਹੀਂ ਬਣੇ ਤੇ ਤੁਹਾਡਾ ਰਿਕਾਰਡ ਫਿਰ ਉਹਨਾਂ ਨੇ ਮੈਨੂੰ ਤਿੰਨ ਰਿਕਾਰਡ ਦਿੱਤੇ ਸੋ ਮੈਂ ਦੱਸਣਾ ਚਾਹਨਾ ਕਿ ਮੇਰੇ ਨਾਲ ਬਹੁਤ ਸਾਰੇ ਮੇਰੇ ਦੋਸਤ ਸੀਗੇ ਜਿਹੜੇ ਨਾ ਮੈਨੂੰ ਵਾਰਨ ਕਰਦੇ ਹੁੰ ਕਹਿੰਦੇ ਰਜੀਵ ਇਹ ਨਾ ਨਾ ਕਰ ਕੰਮ ਮੈਂ ਕਿ ਕੀ ਕੰਮ ਮੈਂ ਕਹਿੰਦਾ ਤੂੰ ਇੰਨਾ ਇੰਨਾ ਡਾਟਾ ਯਾਦ ਕਰਦਾ ਪਿਆ ਸਿਰ ਭਰੇ ਨਹੀਂ ਹੋ ਜਾਂਦਾ ਮੈਂ ਕਹਿੰਦੇ ਇਸ ਤਰ੍ਹਾਂ ਤਾਂ ਕੁਝ ਨਹੀਂ ਹੋਇਆ ਕਹਿੰਦੇ ਕੋਈ ਕੋਈ ਇਹਨੂੰ ਨਾ ਕਰ ਇਸ ਉਮਰ ਚ ਨਾ ਕਰ 50s ਦੇ ਵਿੱਚ 49 ਸੀ ਮੇਰੀ ਅਜੇ ਨਾ ਇਸ ਤਰ੍ਹਾਂ ਕਹਿੰਦੇ ਮੈਂ ਨਾ ਆਪਣੇ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਵੀ ਇਸ ਉਮਰ ਚ ਨਾ ਦਿਮਾਗ ਨਾਲ ਪੰਗੇ ਨਹੀਂ ਲੈਣੇ ਚਾਹੀਦੇ ਉਹ ਮੈਂ ਕਿਹਾ ਮੈਂ ਤੇਰੇ ਨਾਲ ਗੱਲ ਕਰਦਾ ਮੈਂ ਤੈਨੂੰ ਠੀਕ ਲੱਗਦਾ ਨਾ ਮੈਂ ਕੋਈ ਸਿਰਫ ਰਿਆ ਜਾਂ ਹਿੱਲਿਆ ਤੇ ਨਹੀਂ ਲੱਗਦਾ ਨਾ ਕਹਿੰਦਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਕਿਹਾ ਫਿਰ ਕਰੀ ਜਾਂਦੇ ਮੈਨੂੰ ਤਾਂ ਲੋਕਾਂ ਨੂੰ ਇਹ ਵਹਿਮ ਹੋ ਜਾਂਦਾ ਵੀ ਇੰਨਾ ਸਾਰਾ ਡਾਟਾ ਹੁਣ 543 ਕੰਸਟੀਟੂਐਂਸੀਜ਼ ਆ ਇੰਡੀਆ ਦੇ ਮੈਂ ਸਾਰੇ ਦੇ ਸਾਰੇ ਨਾਮ ਜਿਹੜੇ ਤੁਹਾਡੇ ਇੱਕ ਵਾਰ ਇੱਕ ਥੋੜੀ ਜਿਹਾ ਵੀ ਇੱਕ ਟ੍ਰੇਲਰ ਜਿਹਾ ਤੁਸੀਂ ਦੇ ਮੈਂ ਨਾਮ ਦੱਸ ਦਿੰਦਾ ਤੁਹਾਨੂੰ ਮੈਂ ਸ਼ੁਰੂ ਇਹਨਾਂ ਨੂੰ ਯਾਦ ਇਸ ਤਰ੍ਹਾਂ ਕੀਤਾ ਕਿ ਸਭ ਤੋਂ ਪਹਿ ਫਿਰ ਅੱਗੇ ਹਿਮਾਚਲ ਤੋਂ ਸ਼ੁਰੂ ਹੋ ਜਾਓ ਚਾਰ ਹੈ ਇਸ ਤਰ੍ਹਾਂ ਯਾਦ ਕੀਤੀ ਆਈਆਂ ਹਨ ਹੈ ਨਾ ਇਹਦਾ ਵੀ ਇੱਕ ਫਾਰਮੂਲਾ ਨਾ ਆਇਆ ਫਾਰਮੂਲੇ ਲਈ ਇੱਕ ਸੀਕੁਐਂਸ ਬਣਾਉਣਾ ਸੀ ਨਾ ਕੋਈ ਵੀ ਸੀਕੁਐਂਸ ਬਣ ਸਕਦਾ ਸੀਗਾ ਮੈਂ ਫਿਰ ਇਹ ਵਾਲਾ ਸੀਕੁਐਂਸ ਬਣਾ ਲਿਆ ਕਿ ਛੋਟੀਆਂ ਤੋਂ ਵੱਡੀਆਂ ਸਟੇਟ ਵੱਲ ਜਾਂਦਾ ਲਾਸਟ ਦੇ ਵਿੱਚ ਯੂਪੀ ਆਉਂਦੀ ਹੈ ਰਾਈਟ ਤੋ ਲਕਸ਼ਦੀਪ ਦਮਨ ਐਂਡ ਦਿਓ ਦਾਦਰਾ ਨਗਰਵੇਲੀ ਚੰਡੀਗੜ੍ਹ ਅੰਡੇਮਨ ਨਿਕੋਬਰ ਪੁਡੂਚਰੀ ਸਿੱਕਮ ਨਾਗaland ਮਿਜ਼ੋਰਮ ਈਸਟ ਰੂਪਰਾ ਵੈਸਟ ਰੂਪਰਾ ਸ਼ਿਲਾং ਤੋਰਾ ਇਨਰ ਮਨੀਪੁਰ ਆਉਟਰ ਮਨੀਪੁਰ ਨਾਰਥ ਗੋਆ ਸਾਊਥ ਗੋਆ ਈਸਟਰਨ ਅਚਲ ਵੈਸਟਰਨ ਆ ਚਲੋ ਕਈ ਵਾਰੀ ਤੁਹਾਡਾ ਸਾਰਾ ਵਾ ਕਈ ਵਾਰ ਆਪਾਂ ਗੱਲਾਂ ਹੋਰ ਹਾਂ ਹਾਂ ਗੱਲ ਆਗ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਨਾ ਸਾਰੀਆਂ ਤੇ ਸਾਰੀਆਂ ਕਰ ਸਕਦਾ ਮੈਂ ਦੁਬਾਰਾ ਸ਼ੁਰੂ ਕਰਦਾ ਉੱਥੋਂ ਹੀ ਸ਼ੁਰੂ ਕਰਦਾ ਮੈਂ ਕਾਂਗੜਾ ਹਿਮੇਰਪੁਰ ਸ਼ਿਮਲਾ ਮੰਡੀ ਹਰਦੁਆਰ ਗੜਵਾਲ ਨੈਨੀਤਾਲ ਅਲਮੋੜਾ ਅਨਤਨਾਗ ਬਾਰਾਮੁਲਾ ਸ਼੍ਰੀਨਗਰ ਜੰਮੂ ਉਦਮਪੁਰ ਲਦਾਖ ਚਾਣੀ ਚੌਂਕ ਨਿਊ ਦਿੱਲੀ ਸਾਊਥ ਦਿੱਲੀ ਈਸਟ ਵੈਸਟ ਨਾਰਥ ਈਸਟ ਨਾਰਥ ਵੈਸਟ ਦਿੱਲੀ ਅੰਬਾਲਾ ਗੁਰੂਗ੍ਰੱਪਾ ਕਰਨਾਲ ਸੋਨੀਪਤ ਸਿਰਸਾ हिसार ਬਿਵਾਨੀ ਫਰੀਦাবাদ ਰੋहतक ਗੁਰਦਾਵਾ ਬਸਤਰ ਕਾਂਗੇਰ ਮਾਸਮੰਦ ਰਾਜਨੰਦ ਗ ਨਾਨਦਪੁਰ ਸਾਹਿਬ ਫਤੇਗੜ ਸਾਹਿਬ ਸੰਗਰੂਰ ਬਠਿੰਡਾ ਫਰੀਦਕੋਟ ਫਜ਼ੂਰਪੁਰ ਫਿਰੋਜ਼ਪੁਰ ਐਂਡ ਖਡੂਰ ਸਾਹਿਬ ਰਾਂਚੀ ਹਜ਼ਾਰਬੋ AND ਸੋ ਆਨ ਜਿਹੜੇ ਹਾਂ ਬਿਲਕੁਲ ਇਹ ਵੀ ਹੈਗਾ ਅੱਛਾ ਡਾਕਟਰ ਸਾਹਿਬ ਅੱਛਾ ਡਾਕਟਰ ਸਾਹਿਬ ਚਲੋ ਇਹ ਵੀ ਆਪਾਂ ਇਹ ਵੀ ਟ੍ਰੇਲਰ ਦੇਖਿਆ ਅੱਛਾ ਇੱਕ ਗੱਲ ਮੈਨੂੰ ਦੱਸਿਓ ਤੁਸੀਂ ਕਿਹਾ ਵੀ ਮੈਂ 1200 ਨੰਬਰ ਫੋਨ ਨੰਬਰ ਜਾਦ ਕਰ ਲੇ ਪਰਿਵਾਰ ਚੋਂ ਨਹੀਂ ਪੂਰੇ ਹੋਏ ਰਿਸ਼ਤੇਦਾਰਾਂ ਦੇ ਨਹੀਂ ਪੂਰੇ ਹੋਏ ਤੂੰ ਆਲੇ ਦੁਆਲੇ ਲਈ ਵੀ ਚੱਕ ਲੇ ਸਾਰੇ ਯਾਰ ਫਿਰ ਦਿਮਾਗ 'ਚ ਹੀ ਅੱਜ ਵੀ ਤਾਂ ਫਿਰ ਕੱਢੇ ਹੈ ਦਿਮਾਗ 'ਚ ਮੇਰਾ ਸਵਾਲ ਇਹ ਹੈ ਵੀ ਦਿਮਾਗ 'ਚ ਜੇ ਚੀਜ਼ ਸੇਵ ਕਰ ਇਸ ਤਰ੍ਹਾਂ ਕਿ ਜਿਹੜੀ ਚੀਜ਼ ਨੂੰ ਤੁਸੀਂ ਚਾਰ ਪੰਜ ਵਾਰੀ ਰਿਵਾਈਜ਼ ਕਰੋਗੇ ਨਾ ਇਹ ਤੁਹਾਡੇ ਸਬਕੌਨਸ਼ੀਅਸ ਮਾਈਂਡ 'ਚ ਸਿਗਨਲ ਜਾਂਦਾ ਕਿ ਇਹ ਚੀਜ਼ ਇੰਪੋਰਟੈਂਟ ਹੈ ਇਹਨੂੰ ਯਾਦ ਰੱਖਣਾ ਤੇ ਜੇ ਤੁਸੀਂ ਉਸ ਚੀਜ਼ ਨੂੰ ਯਾਦ ਰੱਖਣਾ ਰਿਵਾਈਜ਼ ਕਰਨਾ ਬੰਦ ਕਰ ਦਿਓ ਇਹਨੂੰ ਪਤਾ ਲੱਗ ਜਾਂਦਾ ਵੀ ਇਹਦੀ ਜ਼ਰੂਰਤ ਨਹੀਂ ਹੈਗੀ ਤੇ ਉਹ ਉਹਨੂੰ ਡਿਲੀਟ ਕਰਨਾ ਸ਼ੁਰੂ ਕਰ ਦਿੰਦਾ ਇੱਕ ਤੇ ਮੈਥਡ ਇਹ ਹੈਗਾ ਕਿ ਉਸ ਚੀਜ਼ ਵੱਲ ਉਸ ਡਾਟਾ ਵੱਲ ਦੁਬਾਰਾ ਧਿਆਨ ਇਹਨਾਂ ਦਿਓ ਦੂਸਰਾ ਜਿਹੜਾ ਹੈਗਾ ਉਹ ਇਹ ਹੈ ਕਿ ਜਿਸ ਤਰ੍ਹਾਂ ਮੈਂ ਕੁਝ ਇੱਕ ਡਿਲੀਟ ਦਾ ਮੈਂ ਜਦੋਂ ਪੜਿਆ ਸੀ ਮੈਂ ਵੀ ਬੜਾ ਹਰਾਨ ਹੋਇਆ ਸੀਗਾ ਇਹ ਡਾਟਾ ਡਿਲੀਟ ਕਿਸ ਤਰ੍ਹਾਂ ਕੀਤਾ ਜਾਂਦਾ ਇੱਕ ਮੈਥਡ ਹੈਗਾ ਉਹ ਅ ਪੈਲਸ ਮੈਥਡ ਪੈਲਸ ਮੀਨਸ ਯਾ ਬਿਲਡਿੰਗ ਯਾ ਕੋਈ ਪੈਸੇਜ ਉਹਦੇ ਉੱਤੇ ਨਾ ਅਸੀਂ ਡਾਟਾ ਸਟੋਰ ਕਰਦੇ ਹਾਂ ਜਿਸ ਤਰ੍ਹਾਂ ਮੈਂ ਇੱਕ ਡਾਟਾ ਇੱਥੇ ਰੱਖਿਆ ਇਮੇਜ ਇੱਥੇ ਪਲੇਸ ਕਰਤਾ ਦੂਸਰਾ ਉੱਥੇ ਕਰਤਾ ਤੀਸਰਾ ਉੱਥੇ ਕਰਤਾ ਜੇ ਮੈਨੂੰ ਇਹ ਡਾਟਾ ਨਹੀਂ ਚਾਹੀਦਾ ਨਾ ਤੇ ਮੈਂ ਆਪਣੇ ਦਿਮਾਗ 'ਚ ਕਿਵੇਂ ਬਣਾਵਾਂਗਾ ਕਿ ਉਹ ਇਮੇਜ ਜਿਹੜਾ ਇਮੇਜ ਹੈਗਾ ਉਹਨੂੰ ਮੈਂ ਬਰਨ ਕਰਤਾ ਤਿੱਲੀ ਲਾਈ ਉਹ ਬਰਨ ਹੋ ਗਿਆ ਜਦੋਂ ਉਹ ਬਰਨ ਹੋ ਗਿਆ ਤੇ ਉਹ ਤੁਹਾਡੇ ਮਾਈਂਡ ਚੋਂ ਡਿਲੀਟ ਹੋ ਗਿਆ। दैट ਇੱਕ ਸਿਗਨਲ ਚਲਾ ਗਿਆ। ਇਹ ਡਾਟਾ ਸਾਡੇ ਵਾਸਤੇ ਜ਼ਰੂਰੀ ਨਹੀਂ ਹੈਗਾ। ਇਹਨੂੰ ਬਰਨ ਕਰਤਾ ਗਿਆ, ਇਹਨੂੰ ਜਲਾਤਾ ਗਿਆ। ਉਹ ਖਤਮ ਹੋ ਜਾਂਦਾ ਤੁਹਾਡੇ ਮਾਈਂਡ ਚੋਂ ਡਿਲੀਟ ਹੋ ਜਾਏਗਾ। ਕੋਈ ਵੀ ਇਹੋ ਜਿਹਾ ਡਾਟਾ ਜਿੰਨੂੰ ਤੁਸੀਂ ਇਮੇਜਸ ਚ ਕਨਵਰਟ ਕੀਤਾ ਹੋਵੇ ਤੇ ਉਹਨੂੰ ਬਰਨ ਕਰ ਦਿਓ। ਇਹ ਦੇਖ ਲਓ ਇੱਕ ਸੈਕਿੰਡ ਲਈ ਉਹ ਤੁਹਾਡੀ ਮੈਮਰੀ ਚੋਂ ਡਿਲੀਟ ਹੋ ਜਾਂਦਾ। ਅੱਛਾ ਕੋਈ ਵੀ ਚੀਜ਼ ਹੈ ਜਿਵੇਂ ਮੰਨ ਲਓ ਆਪਾਂ ਸਾਹਮਣੇ ਇਮੇਜ ਬਣਾਈ ਹੈ ਤੇ ਭੁੱਲਣਾ ਚਾਹੀਏ ਤੇ ਕਹੇ ਰਿਹਾ ਵੀ ਆਪ ਖਤਮ ਕਰ ਦਿੰਦਾ ਇਹਨੂੰ। ਉਹ ਇੱਕ ਬੰਦੇ ਦਾ ਇੱਕ ਫਿਲਮ ਸਟਾਰ ਦਾ ਸਾਹਮਣੇ ਇਮੇਜ ਆ। ਉਹਦੇ ਉੱਤੇ ਮੈਂ ਕੋ ਇਸ ਤਰ੍ਹਾਂ ਬੰਨ੍ਹ ਕਰਦਾ ਤੇ ਉਹ ਖਤਮ ਹੋ ਜਾਂਦਾ ਉੱਥੇ ਸਾਹਮਣੇ ਮੇਰੇ ਨਜ਼ਰ ਆਉਂਦਾ ਇੱਕ ਸੈਕਿੰਡ ਲੱਗਦਾ ਇਹ ਖਤਮ ਹੋ ਗਿਆ ਔਰ ਡਾਟਾ ਬੜੀ ਜਲਦੀ ਡਿਲੀਟ ਹੁੰਦਾ ਫਿਰ ਉਹ ਇੱਕ ਦੋ ਸਵਾਲ ਹੋਰ ਰਹਿਣੇ ਨੇ ਇੱਕ ਦੱਸੋ ਸੁਪਨਿਆਂ ਦਾ ਵੀ ਦਿਮਾਗ ਦੇ ਨਾਲ ਤਾਲ ਮਿਲਿਆ ਸੀ ਸੌਣੇ ਆ ਜਦੋਂ ਸੌਣੇ ਆ ਤਾਂ ਮਾਈਂਡ ਦੇ ਵਿੱਚ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਆਈ ਅਮਰੀਕਾ ਕੈਨੇਡਾ ਵੀ ਪਹੁੰਚ ਜਾਂਦੇ ਸੁਪਨਿਆਂ ਦੇ ਵਿੱਚ ਇਥੇ ਘਰੇ ਬੈੱਡ ਤੇ ਸੁੱਤੀ ਹੋਈਦਾ ਤੇ ਕਈ ਵਾਰ ਖੇਤਾਂ 'ਚ ਕੰਮ ਕਰੀਦਾ ਕਈ ਵਾਰ ਕਿਸੇ ਖਬਰ ਦੇਤੇ ਕਿਸੇ ਦਾ ਇੰਟਰਵਿਊ ਕਰ ਰਹੀ ਹੋਈਦਾ ਜੇ ਆਪਣੇ ਉੱਤੇ ਆਪਾਂ ਗੱਲ ਲੈਣੇ ਆ ਤਾਂ ਸੁਪਨਿਆਂ ਦਾ ਦਿਮਾਗ ਦੇ ਨਾਲ ਕੀ ਤਾਲਮਿਲ ਹੈਗਾ ਸੁਪਨਿਆਂ ਲੈ ਕੇ ਤਾਂ ਕਈ ਵਾਰ ਬਾਬੇ ਵਹਿਮ ਚ ਵੀ ਪਾ ਦਿੰਦੇ ਨੇ ਵੀ ਭਾਈ ਸੁਪਨਾ ਆ ਗਿਆ ਸੀ ਤੈਨੂੰ ਠੀਕ ਗੱਲ ਆ ਤੁਹਾਡੀ ਇਹ ਐਕਚੁਅਲੀ ਇੱਕ ਬੜਾ ਵੱਡਾ ਫੀਲਡ ਹੈਗਾ ਜਿਹਦੇ ਵਿੱਚ ਕਈ ਲੋਕਾਂ ਨੇ ਮਾਸਟਰੀ ਕੀਤੀ ਹੈ ਮੈਂ ਕਦੀ ਇਸ ਫੀਲਡ 'ਚ ਵਿਸ਼ਵਾਸ ਨਹੀਂ ਕੀਤਾ ਕਿ ਸੁਪਨੇ ਸੁਪਨਿਆਂ ਦੀ ਪ੍ਰੈਡਿਕਸ਼ਨ ਕਰਦੇ ਕਈ ਲੋਕ ਜੇ ਸੁਪਨਾ ਐਦਾਂ ਦਾ ਆਇਆ ਤੇ ਆ ਹੋਏਗਾ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੀ ਮੈਂ ਇਸ ਚੀਜ਼ 'ਚ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਕਿ ਸੁਪਨਿਆਂ ਦਾ ਕੋਈ ਮੀਨਿੰਗ ਹੁੰਦਾ ਸੁਪਨੇ ਕਿਉਂ ਆਉਂਦੇ ਆ ਮੈਂ ਤੁਹਾਨੂੰ ਦੱਸਦਾ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਸਾਡੇ ਅੰਦਰ 70000 ਤੋਂ 90000 ਥਾਟ ਆਉਂਦੀਆਂ ਨੇ ਜਿਹੜੀਆਂ ਉਹ ਪਤਾ ਕਿੱਥੋਂ ਆਉਂਦੀਆਂ ਇੱਕ ਕਿਤਾਬ ਹੈਗੀ ਆ ਬਾਇਓਲੋਜੀ ਆਫ ਬਲੀਫ ਬਰੂਸ ਲਿਪਟਨ ਦੀ ਬੁੱਕ ਹੈਗੀ ਆ ਉਹ ਬੰ ਮੈਨੂੰ ਮਤਲਬ ਬਹੁਤ ਕਿਤਾਬਾਂ ਚੋਂ ਬੜਾ ਇਹ ਚੀਜ਼ ਨੂੰ ਮੈਂ ਜ਼ਿੰਦਗੀ ਐਪਲਾਈ ਕੀਤਾ ਨਾ ਕਹਿੰਦਾ ਜਦੋਂ ਤੁਸੀਂ ਪੈਦਾ ਹੁੰਦੇ ਹੋ ਜਦੋਂ ਪੈਦਾ ਹੁੰਦੇ ਤੁਹਾਡੇ ਅੰਦਰ ਕੋਈ ਵੀ ਕੰਮ ਕਰਨ ਦੀ ક્ષਮਤਾ ਨਹੀਂ ਹੁੰਦੀ ਸਿਰਫ ਜੀਣ ਦੀ ક્ષਮਤਾ ਹੁੰਦੀ ਹੈ ਜੀਣ ਦਾ ਕੁਝ ਸਿਸਟਮ ਹੁੰਦਾ ਜਿਹਦੇ ਕਰਕੇ ਜਦੋਂ ਭੁੱਖ ਲੱਗਦੀ ਬੱਚਾ ਰੋਣ ਲੱਗ ਪੈਂਦਾ ਕੋਈ ਚੀਜ਼ ਚੰਗੀ ਲੱਗਦੀ ਹੱਸ ਪੈਂਦਾ ਕੁਝ ਹਨ ਤਾਂ ਉਹ ਇੰਨੀ ਕੁ ક્ષਮਤਾ ਹੁੰਦੀ ਆ ਪਰ ਉਹ ਜਿਹੜੇ 7 ਸਾਲ ਤੁਹਾਡੇ ਹੁੰਦੇ ਨਾ ਉਦੋਂ ਤੁਹਾਡੀ ਜਿਹੜੀ ਹਾਰਡ ਡਰਾਈਵ ਹੈ ਉਹ ਬਿਲਕੁਲ ਖਾਲੀ ਹੁੰਦੀ ਆ ਤੁਹਾਡੇ ਆਸ-ਪਾਸ ਤੁਹਾਡਾ ਧਰਮ ਤੁਹਾਡੇ ਪੇਰੈਂਟਸ ਤੁਹਾਡੇ ਬ੍ਰਦਰ ਸਿਸਟਰ ਤੁਹਾਡੇ ਰਿਸ਼ਤੇਦਾਰ ਤੁਹਾਡ ਉਹ ਟੀਵੀ ਘਰ ਚ ਕੀ ਪੜਾਇਆ ਜਾਂਦਾ ਕਈਆਂ ਕਈ ਘਰਾਂ ਚ ਗਾਲਾਂ ਸੁਣ ਕੇ ਬਹੁਤ ਖੁਸ਼ ਹੁੰਦੇ ਬੱਚਿਆਂ ਕੋਲ ਕਈਆਂ ਕੋਲੋਂ ਗੁਰਬਾਣੀ ਦਾ ਪਾਠ ਬੱਚੇ ਸੁਣਾਉਂਦੇ ਖੁਸ਼ ਹੁੰਦੇ ਹਰ ਇੱਕ ਦਾ ਕਲਚਰ ਅਲੱਗ-ਅਲੱਗ ਉਹ ਇੱਕ 7 ਸਾਲ ਤੱਕ ਬੱਚਾ ਨਾ ਉਹਦਾ ਪ੍ਰੋਗਰਾਮ ਬੰਦਾ ਜਾਂਦਾ ਬੰਦਾ ਉਹ ਡਾਊਨਲੋਡ ਕਰੀ ਜਾਂਦਾ ਡਾਊਨਲੋਡ ਕਰਨ ਤੋਂ ਬਾਅਦ 7 ਸਾਲ ਦੇ ਵਿੱਚ ਉਹਦਾ ਪ੍ਰੋਗਰਾਮ ਪੱਕਾ ਹੋ ਜਾਂਦਾ ਉਹ ਪ੍ਰੋਗਰਾਮ ਉਹਦੀ ਜ਼ਿੰਦਗੀ ਨੂੰ 95% ਤੱਕ ਕੰਟਰੋਲ ਕਰਦਾ ਅੱਜ ਵੀ ਤੁਹਾਨੂੰ ਉਹੀ ਪ੍ਰੋਗਰਾਮ ਮੈਨੂੰ ਵੀ ਉਹੀ ਪ੍ਰੋਗਰਾਮ ਕੰਟਰੋਲ ਕਰ ਰਿਹਾ ਵੈ ਤੇ ਜੇ ਮੇਰੀ ਫੈਮਿਲੀ ਉਸ ਟਾਈਮ ਤੱਕ ਇੱਕ ਐਵਰੇਜ ਸੀਗੀ ਤੇ 99 ਪਰ 98 ਐਵਰੇਜ ਹੀ ਜ਼ਿੰਦਗੀ ਜੀਵਾਂਗਾ ਜੋ ਮੇਰੀ ਉਸ ਟਾਈਮ ਦੀ ਹਾਲਤ ਸੀ ਫਾਈਨੈਂਸ਼ੀਅਲ ਹਾਲਤ ਸੀ ਉਹਦੇ ਆਸ-ਪਾਸ ਹੀ ਰਵਾਂਗਾ ਬਹੁਤਾ ਅੱਗੇ ਨਹੀਂ ਜਾਵਾਂਗਾ ਇਹ ਨਹੀਂ ਕਿ ਮੈਂ ਅਮਰੀਕਾ ਜਾ ਕੇ ਬਹੁਤ ਅਮੀਰ ਹੋ ਜਾਵਾਂਗਾ ਨਹੀਂ ਉਹੀ ਐਵਰੇਜ ਜ਼ਿੰਦਗੀ ਜਿਹੜਾ ਇੱਥੇ ਜੀ ਰਿਹਾ ਉੱਥੇ ਵੀ ਉਹੀ ਜੀ ਰਿਹਾ ਬਸ ਉੱਥੋਂ ਦਾ ਸਿਸਟਮ ਐਦਾਂ ਦਾ ਇਸ ਕਰਕੇ ਲੱਗਦਾ ਕਿ ਵੀ ਉਹ ਸ਼ਾਇਦ ਬੈਟਰ ਹੈ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਉੱਥੇ ਵੀ ਉਹ ਐਵਰੇਜ ਜ਼ਿੰਦਗੀ ਜਿੰਦੇ ਪਏ ਸੋ ਇਹ ਜਿਹੜਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਨੂੰ ਚੇਂਜ ਕਰਨ ਦਾ ਹੁਣ ਸਾਨੂੰ ਪਤਾ ਲੱਗ ਗਿਆ ਵੀ ਉਹ ਪ੍ਰੋਗਰਾਮ ਮੈਨੂੰ ਕੰਟਰੋਲ ਕਰਦਾ ਪਿਆ ਉਹ ਪ੍ਰੋਗਰਾਮ ਨੂੰ ਜੇ ਅਸੀਂ ਚੇਂਜ ਕਰ ਤੇ ਉਹਦੇ ਨਾਲ ਸਾਡੀ ਜ਼ਿੰਦਗੀ 'ਚ ਬਦਲਾਅ ਆਏਗਾ ਨਾ ਕਿ ਅਸੀਂ ਐਕਸਟਰਨਲ ਐਫਰਟ ਜੇ ਅਸੀਂ ਐਕਸਟਰਨਲ ਐਫਰਟ ਕਰਦੇ ਆਂ ਫੇਲ ਹੋ ਜਾਂਦੇ ਫਿਰ ਕਹਿੰਦੇ ਕਿਸਮਤ ਮਾੜੀ ਸੀ ਕਿਸਮਤ ਦਾ ਦੀ ਕੋਈ ਚੀਜ਼ ਨਹੀਂ ਰੱਬ ਨੇ ਪੂਰਾ ਬ੍ਰੇਨ ਦੇ ਕੇ ਤੁਹਾਨੂੰ ਇੱਕ ਸਿਸਟਮ ਬਣਾ ਕੇ ਭੇਜਿਆ ਹੋਇਆ ਸਿਰਫ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਕਿ ਮੈਂ ਆਪਣੇ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਚੇਂਜ ਕਰ ਸਕਦਾ ਪ੍ਰੋਗਰਾਮ ਨੂੰ ਚੇਂਜ ਕਰਨ ਦਾ ਮਤਲਬ ਹੈ ਕਿ ਆਪਣੇ ਵਿਚਾਰ ਬਦਲਨੇ ਜਦੋਂ ਤੁਸੀਂ ਵਿਚਾਰ ਬਦਲੋਗੇ ਤੁਹਾਡੀਆਂ ਆਦਤਾਂ ਬਦਲਣਗੀਆਂ ਜਦੋਂ ਆਦਤਾਂ ਬਦਲਣਗੀਆਂ ਤੁਹਾਡੇ ਐਕਸ਼ਨ ਬਦਲਣਗੇ ਐਕਸ਼ਨ ਬਦਲਣਗੇ ਤਾਂ ਜ਼ਿੰਦਗੀ ਬਦਲ ਜਾਏਗੀ ਸੋ ਇਸ ਕਰਕੇ ਸਭ ਤੋਂ ਪਹਿਲਾਂ ਵਿਚਾਰ ਬਦ

ਉਹੜਾ ਜੋ ਬਹੁਤੇ ਸਾਰੇ 90% ਯੂਸਲੈਸ ਵਿਚਾਰ ਹੈਗੇ ਉਹ ਕੱਲ ਵੀ ਆਂਦੇ ਪਏ ਸੀ ਹਫਤਾ ਪਹਿਲਾਂ ਵੀ ਆ ਰਹੇ ਸੀ ਮਹੀਨਾ ਪਹਿਲਾਂ ਵੀ 10 ਸਾਲ ਪਹਿਲਾਂ ਵੀ ਆ ਰਹੇ ਸੀ ਉਹਨਾਂ ਨੇ ਕੁਝ ਨਹੀਂ ਸਾਡੀ ਜ਼ਿੰਦਗੀ ਚ ਕੰਟ੍ਰਿਬਿਊਟ ਕਰਨਾ ਉਹਨਾਂ ਨੂੰ ਰਿਪਲੇਸ ਕਰਨਾ ਉਹਨਾਂ ਨੂੰ ਡਿਲੀਟ ਤੇ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਰਿਪਲੇਸ ਕਰ ਦਿਓ ਉਹਨਾਂ ਦੀ ਥਾਂ ਤੇ ਦੂਜੇ ਵਿਚਾਰ ਪਾ ਦਿਓ ਤਾਂ ਕਿ ਉਹ ਨਿਕਲ ਜਾਣ ਤੇ ਉਹਦੇ ਵਾਸਤੇ ਮੈਂ ਕੁਝ ਚੀਜ਼ਾਂ ਸੁਜੈਸਟ ਕਰਦਾ ਹਾਂ ਨਾ ਕਿ ਸੁਪਣਿਆਂ ਦੀ ਗੱਲ ਕਰੀਏ ਤੇ ਇਹ ਸੁਪਨੇ ਵੀ ਉੱਥੋਂ ਹੀ ਆਂਦੇ ਸਾਡੇ ਔਰ ਜਿਹੜੀ ਚੀਜ਼ ਤੇ ਤੁਸੀਂ ਜ਼ਿਆਦਾ ਫੋਕਸ ਕਰਦੇ ਹੋ ਦਿਨ ਦੇ ਵਿੱਚ ਉਹਦੇ ਨਾਲ ਰਿਲੇਟਡ ਕੁਝ ਪੁਰਾਣਾ ਪਾਸਟ ਤੇ ਕੁਝ ਪ੍ਰੈਜ਼ੈਂ ਬੰਦੀ ਆ ਜਿਹਨੂੰ ਅਸੀਂ ਸੁਪਨਾ ਕਹਿ ਦਿੰਦੇ ਆ ਅਸੀਂ ਕਹਿੰਦੇ ਉਹਦੇ ਵਿੱਚ ਮੈਂ ਉਹ ਫਲਾਣਾ ਬੰਦਾ ਵੇਖਿਆ ਸੀਗਾ ਉਹਦੇ ਚਾ ਵੀ ਵੇਖਿਆ ਸੀਗਾ ਪੁਰਾਣਾ ਤੇ ਨਵਾਂ ਮਿਲ ਕੇ ਹਨਾ ਜਿਹਨੂੰ ਫਿਊਜ਼ਨ ਕਹਿੰਦੇ ਆ ਉਹ ਸਾਨੂੰ ਸੁਪਨੇ ਆ ਜਾਂਦਾ ਉਹਦਾ ਕੋਈ ਬਹੁਤਾ ਸਿਗਨੀਫਿਕੈਂਸ ਨਹੀਂ ਹੁੰਦਾ ਪਰ ਜੇ ਤੁਸੀਂ ਆਪਣੇ ਪ੍ਰੋਗਰਾਮ ਨੂੰ ਚੇਂਜ ਕਰ ਲਓ ਆਪਣੀ ਸਕਸੈਸ ਵਾਲੇ ਪਾਸੇ ਗੋਲ ਵਾਲੇ ਪਾਸੇ ਤੁਰੋ ਤੁਹਾਨੂੰ ਸੁਪਨੇ ਵੀ ਉਸ ਤਰ੍ਹਾਂ ਦੇ ਆਣੇ ਸ਼ੁਰੂ ਹੋ ਜਾਣਗੇ ਔਰ ਉਹ ਦੈਟ ਮੀਨਸ ਕਿ ਤੁਹਾਡਾ ਪ੍ਰੋਗਰਾਮ ਚੇਂਜ ਹੋ ਰਿਹਾ ਜੇ ਤੁਹਾਡੇ ਸੁਪਨੇ ਬਦਲ ਰਹੇ ਹਨ ਤੁਹਾਡਾ ਪ੍ਰੋਗਰਾਮ ਵੀ ਚੇਂਜ ਹੋ ਰਿਹਾ ਤੇ ਉਹ ਪ੍ਰੋਗਰਾਮ ਨੂੰ ਬਦਲਣ ਦੇ ਦੋ ਤਿੰਨ ਮੈਥਡ ਹੈਗੇ ਆ ਇੱਕ ਮ ਮੈਂ ਜਿਮ ਜਾਣਾ ਚਾਹੁੰਦਾ ਮੈਂ ਨਹੀਂ ਜਾ ਰਿਹਾ ਮਨ ਲਓ ਕੋਈ ਹੈਲਥ ਵਾਸਤੇ ਕੁਝ ਐਕਸਰਸਾਈਜ਼ ਨਹੀਂ ਕਰ ਰਿਹਾ ਮੈਂ ਮਿੱਠਾ ਖਾਣਾ ਛੱਡਣਾ ਚਾਹੁੰਦਾ ਵਾਂ ਉਹਦੇ ਵਾਸਤੇ 21 ਦਿਨ ਫੋਰਸਫੁਲੀ ਉਹ ਕੰਮ ਕਰੋ ਜੇ ਸਪੋਜ਼ ਕਿਸੇ ਨੂੰ ਹੈਗਾ ਮਿੱਠੇ ਨਾਲ ਮੇਰਾ weight ਵਧਦਾ ਪਿਆ ਮਿੱਠਾ 21 ਦਿਨ ਲਈ ਜ਼ਬਰਦਸਤੀ ਮਤਲਬ ਆਪਣੇ ਹੱਥੇ ਲਿਖ ਲਓ ਮੈਂ ਆਪਣੇ ਮੋਬਾਈਲ ਤੇ ਲਿਖ ਲੈਣਾ ਹੋਣਾ ਕੋਈ ਹੋ ਜਾ ਕੰਮ ਕਰਨਾ ਹੋਵੇ ਇਹ ਕੰਮ ਇੰਨੇ ਦਿਨ ਕਰਨਾ 21 ਦਿਨ ਕਿਉਂ ਕਿ 21 ਦਿਨ ਦੇ ਬਾਅਦ ਤੁਹਾਡੀ ਬੋਡੀ ਦੇ ਜਿਹੜੇ ਸੈੱਲ ਹਨ ਉਹਨਾਂ ਨੇ 90% ਚੇਂਜ ਹੋ ਜਾਂਦੇ ਤੁਸੀਂ ਨਵੇਂ ਸੁਖਵਿੰਦਰ ਬਣ ਜਾਂਦੇ ਹੋ ਪੁਰਾਣੇ ਸੈੱਲਾਂ ਨੂੰ ਪ੍ਰੋਬਲਮ ਨਹੀਂ ਨਵੇਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ 21 ਦਿਨ ਫੋਰਸਫੁਲੀ ਕਰੋ 22ਵੇਂ ਦਿਨ ਜੇ ਤੁਸੀਂ ਮਿੱਠਾ ਖਾਣ ਲੱਗੋਗੇ ਨਾ ਤੁਹਾਨੂੰ ਸ਼ਰਮ ਮਹਿਸੂਸ ਹੋਏਗੀ ਆਪਣੇ ਆ ਔਰ ਜੇ ਆਪਾਂ ਕੋਈ ਵੀ ਆਦਤ ਇਹੋ ਜੀ ਪਾਣੀ ਚਾਹਨੇ ਆ ਤੇ ਜੇ ਹਫਤੇ ਚ ਇੱਕ ਦੀ ਆਦਤ ਪਾ ਲਓ ਇਹੋ ਜੀ ਮਹੀਨੇ ਚ ਇੱਕ ਦੀ ਆਦਤ ਪਾਉਂਦੇ ਜਾਓ ਬਸ ਆਦਤਾਂ ਬਦਲਦੀ ਜਾਣਗੀਆਂ ਬਦਲਦੀਆਂ ਜਾਣਗੀਆਂ ਬਦਲਦੀ ਜਾਣਗੇ ਇੱਕ ਚੰਗੀ ਕਿਤਾਬ ਦੇ 15 20 ਪੇਜ ਰੋਜ਼ ਪੜ੍ਹਨੇ ਔਰ ਸਿਰਫ ਪੜ੍ਹਨੇ ਨਹੀਂ ਹੈ ਕਿਤਾਬਾਂ 100 ਪੜ੍ਹ ਲਓ ਕੋਈ ਫਾਇਦਾ ਨਹੀਂ ਹੁੰਦਾ ਉਹ ਪੇਜ ਇਸ ਐਂਗਲ ਨਾਲ ਪੜ੍ਹਨੇ ਆ ਕਿ ਇਹਦੇ ਚ ਕੋਈ ਇਹੋ ਜੀ ਚੀਜ਼ ਆਏਗੀ ਕੋਈ ਇਹੋ ਜੀ ਚੀਜ਼ ਦੱਸੀ ਜਾਏਗੀ ਜਿਹੜੀ ਮੈਂ ਜ਼ਿੰਦਗੀ ਚ ਉਤਾਰਨੀ ਆ ਉਹ ਭਾਵੇਂ ਇੱਕ ਕਿਤਾਬ ਹੀ ਪੜ੍ਹ ਲਓ ਜ਼ਿੰਦਗੀ ਬਦਲ ਜਾਏਗੀ ਪਰ ਜੇ 100 ਕਿਤਾਬਾਂ ਪੜ੍ਹ ਕੇ ਵੀ ਲੋਗਾ ਨੂੰ ਦੱਸਿਆ ਮੈਂ 100 ਕਿਤਾਬਾਂ ਪੜ੍ਹੀਆਂ ਤੇ ਅਪਲਾਈ ਕੁਝ ਵੀ ਨਾ ਕੀਤਾ ਫਿਰ ਜ਼ਿੰਦਗੀ ਆਰਡੀਨਰੀ ਰਹਿਣੀ ਹੈ ਇੱਕ ਕਿਤਾਬ ਕੋ ਚੰਗੀ ਜਿਹੀ ਚੁੱਕ ਲੋ ਉਹਦੇ ਚੋ ਇਹ ਗੁਰਬਾਣੀ ਨੂੰ ਹੀ ਸੁੰਣਾ ਸ਼ੁਰੂ ਕਰੋ ਉਹਦੇ ਚ ਦੇਖੋ ਕਿਹੜੀ ਗੱਲ ਅੱਜ ਚੰਗੀ ਲੱਗੀ ਉਹ ਗੱਲ ਨੂੰ ਜ਼ਿੰਦਗੀ ਚ ਉਤਾਰ ਲੋ ਮਨ ਜੀਤੇ ਜਗਜੀਤ ਮੈਨੂੰ ਚਾਰ ਸ਼ਬਦ ਮੇਰੀ ਜ਼ਿੰਦਗੀ ਕੋਈ ਵੀ ਇਸ ਚੀਜ਼ ਨੂੰ ਫਾਲੋ ਕਰ ਲਏ ਜ਼ਿੰਦਗੀ ਚ ਕਿਉਂਕਿ ਮੇਰੀ ਜ਼ਿੰਦਗੀ ਇਸ ਕੀ ਚੇਂਜ ਆਇਆ ਮੈਂ ਇੱਕ ਆਰਡੀਨਰੀ ਪ੍ਰੋਫੈਸਰ ਕਾਲਜ ਪੜਾ ਰਿਹਾ ਹਾਂ ਬਸ ਇੰਨੀ ਜ਼ਿੰਦਗੀ ਹੈ ਮੇਰੀ ਹੁਣ ਮੈਂ 250 ਲੈਕਚਰ ਦੇ ਚੁੱਕਾ ਆ ਉਹ ਇੰਡੀਆ ਦੇ ਵਿੱਚ ਮੈਨੂੰ ਕਰੀਬ 25 30 ਅਵਾਰਡ ਮਿਲ ਚੁਕੇ ਆ 25 30 ਨਹੀਂ ਵੀ ਜਾ ਪਹੁੰਚ ਵੀ ਨਹੀਂ ਸਕਿਆ ਇਹ ਜ਼ਿੰਦਗੀ ਜਿਹੜਾ ਬਦਲਾਵ ਹੈ ਇਹ ਬਹੁਤ ਵੱਡਾ ਵਾ ਇੱਕ ਆਰਡੀਨਰੀ ਪ੍ਰੋਫੈਸਰ ਦੀ ਜ਼ਿੰਦਗੀ ਦਾ ਬਿਲਕੁਲ ਔਰ ਇਹ ਕਿਸ ਤਰ੍ਹਾਂ ਆਇਆ ਇਹ ਮੈਂ ਜਦੋਂ ਪੜਨਾ ਗਿਆ ਸੋਚ ਦੇ ਵਿੱਚ ਪਰਿਵਰਤਨ ਲਿਆਉਂਦਾ ਸਭ ਕੁਝ ਬਦਲ ਗਿਆ ਜੀ ਕੇ ਡਾਕਟਰ ਸਾਹਿਬ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਔਰ ਧੰਨਵਾਦ ਤੁਹਾਡਾ ਤੁਸੀਂ ਬਹੁਤ ਸੋਹਣੀ ਟੈਕਨੀਕਸ ਬਹੁਤ ਸੋਹਣੇ ਬਿਨਾ ਮੈਨੂੰ ਲੱਗਦਾ ਵੀ ਬਿਨਾ ਖਰਚੇ ਤੋਂ ਇਹ ਫਾਰਮੂਲੇ ਜ਼ਿੰਦਗੀ ਦੇ ਵਿੱਚ ਆਪਾਂ ਵਰਤ ਲਈਏ ਤਾਂ ਮੈਨੂੰ ਲੱਗਦਾ ਮੁਫਤੋਂ ਮੁਫਤ ਦਿਮਾਗ ਵੀ ਤੇਜ਼ ਹੋਊਗਾ ਫਿਰ ਬਦਾਮ ਖਾਨ ਦੀ ਵੀ ਲੋੜ ਨਹੀਂ ਕਹਿੰਦੇ ਬਦਾਮਾਂ ਨਾਲ ਵੀ ਬਦਾਮਾਂ ਬਦਾਮਾਂ ਦੀ ਲੋੜ ਨਹੀਂ ਪਾਣੀ ਫਿਰ ਦਿਮਾਗ ਨੂੰ ਤੇਜ਼ ਕਰਨ ਦੇ ਲਈ ਦਿਮਾਗ ਉਹੀ ਤੇਜ਼ ਹੋਊਗਾ ਗੱਲਬਾਤ ਕਰਨ ਲਈ ਡਾਕਟਰ ਸਾਹਿਬ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮੱਚ ਧੰਨਵਾਦ ਆ ਇਸੇ ਕੇ ਡਾਕਟਰ ਕੁਮਰ ਰਾਜੀਵ ਜਿਨ੍ਹਾਂ ਦੇ ਵੱਲੋਂ ਤੁਹ ਮਾਨਸਿਕ ਤੌਰ ਤੇ ਜਿਹੜੀ ਤੁਹਾਡੀ ਸ਼ਕਤੀ ਹੈ ਉਸ ਨੂੰ ਵਧਾ ਸਕਦੇ ਹੋ ਇੱਥੇ ਤੱਕ ਦਾਵਾ ਕਰਦੇ ਨੇ ਕਿ ਇਨਸਾਨ ਦਾ ਦਿਮਾਗ ਇੰਨਾ ਤੇਜ਼ ਹੈ ਕਿ ਜੇਕਰ ਸੁਪਰ ਕੰਪਿਊਟਰ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਇਨਸਾਨੀ ਦਿਮਾਗ ਕੰਮ ਕਰਦਾ ਹੈ ਤਾਂ ਜੇਕਰ ਇਹਨੂੰ ਸਹੀ ਪਾਸੇ ਸਹੀ ਤਰੀਕੇ ਦੇ ਨਾਲ ਵਰਤੀਏ ਤਾਂ ਫਿਰ ਮੈਨੂੰ ਲੱਗਦਾ ਇਨਸਾਨ ਜੀਨੀਅਸ ਬਣ ਸਕਦਾ ਹੈ ਫਿਲਹਾਲ ਕੈਮਰਾਮੈਨ ਰੇਸ਼ ਨਾਲ ਸੁਖਵਿੰਦਰ ਸਿੰਘ ਹਮਦਰਦ ਟੀਵੀ ਜਲੰਧਰ